ਪਿਛਲੇ ਦਿਨਾਂ 'ਚ ਸੋਸ਼ਲ ਮੀਡੀਆ 'ਤੇ ਸਭ ਤੋਂ ਜ਼ਿਆਦਾ ਚਰਚਾ ਇਹ ਰਹੀ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਇੱਕ NRI ਮਹਿਲਾ ਦੀ ਕੋਠੀ ਦਬ ਲਈ ਹੈ। ਉਹ NRI ਮਹਿਲਾ ਲਗਾਤਾਰ ਇਨਸਾਫ਼ ਦੀ ਗੁਹਾਰ ਲਗਾ ਰਹੀ ਸੀਗੀ ਔਰ ਇਸ ਮਸਲੇ ਦੇ ਉੱਤੇ ਉਹਨਾਂ ਵਿਧਾਇਕਾਂ ਸਾਹਿਬਾਂ ਦਾ ਕੀ ਕਹਿਣਾ ਹੈ, ਗੱਲਬਾਤ ਕਰ ਲੈਂਦੇ ਹਾਂ। ਮੈਮ, ਕੋਠੀ ਦੱਬਣ ਦੇ ਇਲਜ਼ਾਮ ਤੁਹਾਡੇ ਉੱਤੇ ਲੱਗੇ ਹੈ ਕਿ ਇੱਕ NRI ਮਹਿਲਾ ਤੁਸੀਂ ਲਗਾਤਾਰ ਦੇਖ ਰਹੇ ਹੋਵੋਗੇ, ਉਹ ਕਹਿ ਰਹੇ ਕਿ MLA ਸਾਹਿਬ ਨੇ ਆਪਣੀ ਪਾਵਰ ਦਾ ਇਸਤੇਮਾਲ ਕਰਦੇ ਹੋਏ ਮੇਰੀ ਕੋਠੀ ਦੱਬ ਲਈ ਹੈ। ਦੇਖੋ ਜੀ, ਮੈਂ ਇਸ ਤੋਂ ਪਹਿਲਾਂ ਵੀ ਦੋ ਕੋਠੀਆਂ ਕਿਰਾਏ 'ਤੇ ਰਹੀਆਂ, ਕੋਈ ਇਹ ਪਹਿਲੀ ਕੋਠੀ ਨਹੀਂ। ਦੂਜੀ ਗੱਲ ਤੁਹਾਨੂੰ ਮੈਂ ਇੱਕ ਦੱਸਣਾ ਚਾਹੁੰਦੀ ਹਾਂ ਵੀ ਮੈਂ ਇੱਕ ਦਲਿਤ ਪਰਿਵਾਰ ਤੋਂ ਆਉਂਦੀ ਹਾਂ, ਜਿੱਥੇ ਸਾਡੀ ਕੋਈ ਪ੍ਰੋਪਰਟੀ ਨਹੀਂ ਹੁੰਦੀ, ਜ਼ਮੀਨ ਵਗੈਰਾ ਨਹੀਂ ਹੁੰਦੀ, ਅਤੇ ਸਾਨੂੰ ਕੋਈ ਸ਼ਰਮ ਨਹੀਂ ਕਿਸੇ ਦੀ ਕੋਠੀ ਕਿਰਾਏ 'ਤੇ ਲੈ ਕੇ ਰਹਿਣ ਦਾ। ਸਾਡੀ ਜਿੰਨੀ ਕੁ ਪਹੁੰਚ ਆ, ਅਸੀਂ ਘਰ ਮਕਾਨ ਕਿਰਾਏ 'ਤੇ ਲੈਂਦੇ ਹਾਂ ਅਤੇ ਰਹਿੰਦੇ ਹਾਂ। ਮੈਂ 6 ਸਾਲ ਪਿਛਲੀ ਕੋਠੀ 'ਚ ਰਹੀ ਹਾਂ, ਉਹ ਵੀ ਇੱਕ NRI ਵੀਰ ਦੀ ਕੋਠੀ ਸੀ, ਰੈਂਟ ਜਿੰਨਾ ਸਾਡੀ ਐਗਰੀਮੈਂਟ ਹੋਇਆ, ਜਿਸ ਤਰ੍ਹਾਂ ਉਹਨਾਂ ਨੇ ਐਗਰੀਮੈਂਟ ਕੀਤਾ, ਇੱਥੇ ਦੇ ਮਾਲਕ ਨਾਲ 11-5 ਨੂੰ ਐਗਰੀਮੈਂਟ ਕੀਤਾ ਅਤੇ ਮੈਂ ਕੋਠੀ ਸ਼ਿਫਟ ਕਰ ਗਈ। ਕੋਠੀ ਸ਼ਿਫਟ ਕਰਨ ਤੋਂ ਬਾਅਦ ਮੈਨੂੰ ਇੱਕ ਗਲਤ ਜਵਾਬ ਦਿਓ, ਮੈਂ ਜੇ ਕੋਠੀ 'ਤੇ ਕਬਜ਼ਾ ਕਰਨਾ ਹੁੰਦਾ ਤਾਂ ਮੈਂ ਜਿਹੜੀ 6 ਸਾਲ ਰਹੀ ਸੀ ਉਹਦੇ 'ਤੇ ਕਬਜ਼ਾ ਕਰਦੀ, ਜਾਂ ਮੈਂ 1 ਮਹੀਨੇ 'ਚ ਜਿਹੜੀ 'ਚ ਰਹੀ ਹਾਂ ਉਹ 'ਤੇ ਕਬਜ਼ਾ ਕਰ ਲਿਆ? ਮੇਰੇ ਨਾਂ 'ਤੇ ਕੁਛ ਵੀ ਨਹੀਂ ਹੈ, ਕੁਛ ਵੀ ਦਿਖਾ ਦੇ ਮੈਂ ਚੈਲੰਜ ਕਰਦੀ ਹਾਂ, ਕੁਛ ਵੀ ਮੇਰੇ ਨਾਮ 'ਤੇ ਨਹੀਂ। ਫਿਰ ਮਾਣੂਕੇ ਨੂੰ ਕਿਉਂ ਖਰਾਬ ਕੀਤਾ ਜਾ ਰਿਹਾ? ਕਿਉਂਕਿ ਮਾਣੂਕੇ ਨੂੰ ਇਹ ਪੋਲੀਟੀਕਲੀ ਓਰੀਐਂਟਡ ਜਿਹੜਾ ਡਰਮ ਹੈ ਜਿਹੜਾ ਪੂਰੀ ਤਰ੍ਹਾਂ ਰਚਿਆ ਗਿਆ। ਇਸ ਕਰਕੇ ਮੇਰਾ ਇਸ ਕੋਠੀ ਨਾਲ, ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੂੰਗੀ, ਮੇਰਾ ਹੁਣ ਇਸ ਕੋਠੀ ਨਾਲ ਕੋਈ ਲੈਣਾ ਦੇਣਾ ਨਹੀਂ। ਆਪਾਂ ਚਾਬੀਆਂ ਜੀ ਦੀਆਂ ਸਿਟੀ ਨੂੰ ਫੜਾ ਦੇਣਾ। ਕੋਠੀ ਖਾਲੀ ਕਰ ਦਿੱਤੀ ਹੈ ਤੁਸੀਂ, ਕੋਠੀ ਕਦੋਂ ਛੱਡੀ ਹੈ? ਮੈਂ 11 ਅੱਜ 11-6 ਦਾ ਐਗਰੀਮੈਂਟ ਆ, ਸਮਾਨ ਸ਼ਿਫਟ ਹੋ ਰਿਹਾ, ਮੇਰਾ ਪਰਿਵਾਰ ਸ਼ਿਫਟ ਕਰ ਰਿਹਾ, ਜਾ ਕੇ ਆਪਾਂ ਚਾਬੀਆਂ ਉਹਨੂੰ, ਕੱਲ੍ਹ ਮੈਂ ਚਾਬੀਆਂ ਦਿੱਤੀਆਂ ਸੀ, ਕੁਛ ਸਮਾਨ ਅਸੀਂ ਕੱਲ੍ਹ ਸ਼ਿਫਟ ਕਰ ਗਏ ਸੀ, ਅਸੀਂ ਉਸ ਮਾਲਕ ਮੰਗਾਂ ਨੂੰ ਕੁਛ ਸਮਾਨ ਅੱਜ ਸਾਰਾ ਖਾਲੀ ਕਰਕੇ ਚਾਬੀਆਂ। ਕੋਠੀ ਦਾ ਮਾਲਕ ਕੌਣ ਹੈ? ਕਿਉਂਕਿ ਮਹਿਲਾ ਮਾਲਕ ਹੈ, ਮਹਿਲਾ ਦੇ ਨਾਲ ਤੁਸੀਂ ਐਗਰੀਮੈਂਟ ਕੀਤਾ ਸੀਗਾ ਜਿਹੜੀ NRI ਵਿਦੇਸ਼ ਤੋਂ ਹੈ, ਜਾਂ ਕੋਈ ਹੋਰ ਹੈ ਜਿਸ ਦੇ ਨਾਲ ਐਗਰੀਮੈਂਟ ਕੀਤਾ ਸੀ? ਵਕੀਲ ਸਾਹਿਬ ਹੈਗੇ ਆ ਸਾਡੇ, ਕਰਮ ਸਿੰਘ ਜੀ, ਉਹਨਾਂ ਨੇ ਐਗਰੀਮੈਂਟ ਕੀਤਾ, ਉਹ ਬੈਂਕ ਮੈਨੇਜਰ ਰਿਟਾਇਰਡ ਆ, ਜਿਨ੍ਹਾਂ ਨਾਲ ਕਾਨੂੰਨ ਤਾਂ ਇਹੀ ਕਹਿੰਦੇ ਆ। ਮੈਂ ਕੱਲ੍ਹ ਹੀ ਕਹਿਤਾ ਸੀਗਾ, ਮੈਂ ਉਹਨਾਂ ਨੂੰ ਬੁਲਾ ਕੇ ਕਹਿਤਾ ਸੀ ਵੀ ਅਸੀਂ ਸ਼ਿਫਟ ਕਰ ਰਹੇ, ਦੇਖੋ ਤੁਹਾਨੂੰ ਵੀ ਪਤਾ ਵੀ ਘਰਾਂ ਦਾ ਸਮਾਨ 1 ਜਾਂ 2 ਘੰਟੇ ਦੀ ਸ਼ਿਫਟਿੰਗ ਨਹੀਂ ਹੁੰਦੀ, ਇਹ ਹੁਣ ਉਹਨਾਂ ਦੀ ਇੱਛਾ, ਮੈਂ ਜਿਹਤੋਂ ਚਾਬੀਆਂ ਲਈਆਂ ਸੀ ਉਹਨੂੰ ਦੇ ਦਿੱਤੀ। ਉਸ NRI ਮਹਿਲਾ ਨਾਲ ਕੋਈ ਗੱਲਬਾਤ ਹੋਈ? ਕਿਉਂਕਿ ਉਹ ਤਾਂ ਕਹਿ ਰਹੀ, ਕਹਿੰਦੇ ਕਿ ਸੱਤਾ ਦਾ ਪਾਵਰ ਇਸਤੇਮਾਲ ਕਰਕੇ ਡਰਾਇਆ ਜਾ ਰਿਹਾ ਹੈ। ਤੁਸੀਂ ਇੰਨਾ ਹੀ ਪੁੱਛ ਲਿਓ ਉਸ ਬੀਬੀ ਨੂੰ ਵੀ ਤੂੰ ਆਰਾਮ ਨਾਲ ਮੇਰੇ ਕੋਲ ਆ ਸਕਦੀ, ਤੂੰ ਸਾਰੇ ਪ੍ਰੈਸ ਕਾਨਫਰੰਸ ਕਰ ਲਈ, ਜਿਵੇਂ ਪਹਿਲੇ ਮਾਲਕਾਂ ਨੇ ਮੇਰੇ ਕੋਲ ਆ ਕੇ ਗੱਲ ਕੀਤੀ, ਮੈਂ ਤੇਰੀ ਕੋਠੀ ਦੀ ਚਾਬੀ ਤੈਨੂੰ ਦੇ ਦਿੰਦੀ, ਪਰ ਮੇਰਾ ਅਸੂਲ ਇਹ ਬਣਦਾ ਮੈਂ ਜਿਹਤੋਂ ਚਾਬੀ ਲਈ ਆ ਉਹਨੂੰ ਦਵਾਂ, ਠੀਕ ਹੈ? ਇੱਕ ਪਾਸੇ ਤਾਂ ਉਹ ਕੱਲ੍ਹ ਪਰਸੋਂ ਇੱਕ ਚੈਨਲ ਨੂੰ ਕਹਿ ਰਹੀ ਸੀ, ਨਿੱਜੀ ਚੈਨਲ ਸੀ, ਵੀ ਮੈਂ ਕਦੇ ਬੀਬੀ ਨੂੰ ਮਿਲ ਗਈ ਨਹੀਂ, ਇੱਥੋਂ ਕੀ ਹੈ ਵੀ ਮੇਰੇ ਤੋਂ ਮੈਨੂੰ ਚੀਜ਼ ਦਿੱਤੀ, ਮੈਂ ਹੀ ਗਲਤ ਕਰ ਰਹੀ ਹਾਂ, ਮੈਨੂੰ ਪੁੱਛਣਾ ਨਹੀਂ ਪਰ ਦੱਸਣਾ ਸਾਰਿਆਂ ਨੂੰ। ਇਹ ਮੈਨੂੰ ਸਿਆਸੀ ਤੌਰ ਤੇ ਕਿਉਂਕਿ ਬਦਨਾਮੀ ਬਹੁਤ ਹੋ ਗਈ, ਵਿਰੋਧੀ ਪਾਰਟੀਆਂ ਨੇ ਬਹੁਤ ਸਾਰੇ ਸਵਾਲ ਚੁੱਕੇ ਕਿ ਇਹ ਤਾਂ ਆਮ ਆਦਮੀ ਪਾਰਟੀ 'ਚ ਇੱਦਾਂ ਹੀ ਹੈ, ਕਿਤੇ ਕੋਈ ਕਬਜ਼ਾ ਕਰ ਲੈਂਦਾ, ਕਿਤੇ ਕੋਈ ਕਬਜ਼ਾ ਕਰ ਲੈਂਦਾ, ਬਹੁਤ ਸਾਰੀ ਬਦਨਾਮੀ ਹੋ ਗਈ, ਹੁਣ ਅੱਗੇ ਕੀ? ਦੇਖੋ ਜੀ, ਪਹਿਲੀ ਗੱਲ ਤਾਂ ਬਦਨਾਮੀ ਤਾਂ ਹੁੰਦੀ ਜੇ ਮੈਂ ਕਬਜ਼ਾ ਛੱਡਦੀ ਨਾ, ਜਿਸ ਤਰ੍ਹਾਂ ਪਿਛਲੀ 5 ਸਾਲ ਵਿਧਾਨ ਸਭਾ ਦੇ ਵਿੱਚ ਰੌਲਾ ਪੈਂਦਾ ਰਿਹਾ ਵੀ ਖੈਰ ਇਹਨਾਂ ਦਾ ਜਿਗਰੀ ਯਾਰ ਕਾਂਗਰਸ ਦਾ ਰੌਲਾ ਪਾਉਂਦਾ ਰਿਹਾ ਵੀ ਜਿਹੜੀ ਕੋਠੀ 'ਤੇ ਖੈਰਾ ਕਿਰਾਏ 'ਤੇ ਆਇਆ ਸੀ ਉਹਨੂੰ ਪੁੱਛੋ ਇਹਦਾ ਮਾਲਕ ਕਿੱਦਾਂ ਬਣ ਗਿਆ, ਇਹਨੂੰ ਪੁੱਛੋ 16 ਲੱਖ ਦੀ ਕੋਠੀ ਇਹਨੂੰ ਕਿੱਥੋਂ ਮਿਲ ਗਈ। ਜੇ ਬਦਨਾਮੀ ਤਾਂ ਸਾਡੀ ਤਾਂ ਹੋਵੇ ਨਾ, ਬਦਨਾਮੀ ਸਾਡੀ ਤਾਂ ਹੋਵੇ ਜੇ ਅਸੀਂ ਕਿਸੇ ਦਾ, ਜਿਵੇਂ ਖਹਿਰਾ ਸਾਹਿਬ ਦੀ ਗੱਲ ਚੱਲਦੀ ਆ ਅਕਸਰ ਵਿਧਾਨ ਸਭਾ ਦੇ ਵਿੱਚ ਚੱਲਦੀ ਆ, ਲੋਕ ਬੋਲਦੇ ਆ ਬਈ ਰਾਮਗੜ੍ਹ ਦੇ ਵਿੱਚ ਵਿੱਚੋਂ ਵਿੱਚ ਸੜਕ ਜਾਂਦੀ ਹੈ, ਇਹ ਵਿੱਚ ਹੀ ਰੱਖ ਕੇ ਦੂਜੇ ਪਾਸੇ ਸੜਕ ਕੱਢ ਗਏ, ਇਹਨੂੰ ਪੁੱਛੋ ਲੱਠਾ ਕਢਵਾ ਕੇ ਦੇਖੋ ਇਹਦੀ ਸੜਕ ਕਿੱਥੇ ਆ। ਦੂਜੀ ਗੱਲ, ਬਦਨਾਮੀ ਕਦੇ ਵੀ ਸਾਡੀ ਪਾਰਟੀ ਦੇ ਭਗਵੰਤ ਮਾਨ ਜੀ ਨੇ ਇਹ ਨਹੀਂ ਕਿਹਾ, ਸਾਡੇ ਜਿਹੜੇ ਪਾਰਟੀ ਦੇ ਪ੍ਰਧਾਨ ਹੈ ਉਹਨਾਂ ਨੇ ਸਾਨੂੰ, ਨੈਸ਼ਨਲ ਕਮਿਸ਼ਨ ਨੇ ਕਦੇ ਨਹੀਂ ਕਿਹਾ ਵੀ ਆਪਾਂ ਕੋਈ ਗਲਤ ਕੰਮ ਕਰਨਾ। ਜਦੋਂ ਸੈਸ਼ਨ ਬੁਲਾਉਣਾ ਅਸੀਂ ਮਾਨ ਸਾਹਿਬ ਤਾਂ ਲੈ ਕੇ ਆਉਂਦੇ ਪੰਜਾਬ ਦੇ ਮੁੱਦੇ ਵੀ RDF ਦੀ ਗੱਲ ਕਰੀਏ, ਆਪਾਂ ਕੁਛ ਕਰੀਏ, ਗਵਰਨਰ ਨਾਲ ਸਾਡੀ ਲੜਾਈ ਹੋ ਰਹੀ ਹੈ, ਸਾਡੇ ਕਿਸਾਨਾਂ ਨੂੰ ਕਿੱਦਾਂ ਸਾਥ ਦੇਣਾ, ਪਰ ਇਹਨਾਂ ਇਹ ਦੂਜੀਆਂ ਪਾਰਟੀਆਂ ਦੇ ਹੱਥਾਂ 'ਤੇ ਚੜ੍ਹ ਕੇ ਜੇ SC ਦਾ ਮੁੱਦਾ ਚੱਕੋ ਇਹ ਤਾਂ ਨੱਚਣ ਲੱਗ ਜਾਂਦੇ ਆ। CM ਸਾਹਿਬ ਨਾਲ ਕੋਈ ਗੱਲਬਾਤ ਹੋਈ ਤੁਹਾਡੀ ਕੀ ਕੋਠੀ ਬਾਰੇ, ਜਾਂ ਉਹਨਾਂ ਨੇ ਪੁੱਛਿਆ ਕਿ ਕਿਉਂ ਇਹ ਸਾਰਾ ਵਿਵਾਦ ਜਿਹੜਾ ਹੋ ਰਿਹਾ? ਮੇਰੇ CM ਸਾਹਿਬ ਨੂੰ ਮੇਰੇ 'ਤੇ ਵਿਸ਼ਵਾਸ ਆ, ਉਹਨਾਂ ਨੂੰ ਪਤਾ ਵੀ ਸਰਬਜੀਤ ਕਦੇ ਵੀ ਇਸ ਕੰਮ 'ਚ ਕੋਠੀ ਕੀ ਮਕਾਨ ਕੀ ਕਿਸੇ ਦੇ ਕੰਮ 'ਚ ਨਹੀਂ ਪਏਗੀ। ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨੇ ਇੱਕ ਗੱਲ ਜ਼ਰੂਰ ਕਹੂੰਗੀ ਕਿ ਸਾਡੇ CM ਨੂੰ ਅਸੀਂ ਆਪਣੇ ਪੰਜਾਬ ਦੀ ਡਿਵੈਲਪਮੈਂਟ ਵੱਲ ਵਧਾਉਣਾ, ਅਸੀਂ ਉਹਨੂੰ ਇਹੋ ਜਿਹੇ ਕੰਮਾਂ 'ਚ ਪਾ ਕੇ ਅਸੀਂ ਕੰਮ ਨਹੀਂ ਖਰਾਬ ਕਰਨਾ, ਪੰਜਾਬ ਦੇ ਲੋਕਾਂ ਦਾ ਭਲਾ ਕਰਨ, ਮੈਂ ਆਪਣਾ ਪੱਖ ਰੱਖਤਾ, ਅੱਗੋਂ ਸਰ ਜਿਹੜਾ ਫੈਸਲਾ ਦੇ। ਲੋਕ ਇਹ ਵੀ ਜਾਣਨਾ ਚਾਹੁੰਦੇ ਕਿ ਤੁਹਾਡੇ ਕੋਲ ਕਿੰਨੀ ਪ੍ਰੋਪਰਟੀ ਆਪਣੀ ਹੈ, ਜਿਹੜੀ ਤੁਹਾਡਾ ਆਪਣੀ ਜਾਇਦਾਦ ਘਰ ਕਿੰਨਾ ਤੁਹਾਡੇ ਕੋਲ ਆਪਣਾ, ਔਰ ਉਸ ਥਾਂ ਤੇ ਕਿਉਂ ਨਹੀਂ ਰਹਿੰਦੇ, ਜਾਂ ਕਿਰਾਏ ਤੇ ਕਿਉਂ ਤੁਹਾਨੂੰ ਰਹਿਣਾ ਪੈ ਰਿਹਾ? MLA ਕੋਲ ਤਾਂ ਚੰਗੀ ਪ੍ਰੋਪਰਟੀ ਹੁੰਦੀ, ਚੰਗੀ ਜਾਇਦਾਦ ਹੁੰਦੀ ਹੈ। ਮੈਂ 2 ਵਾਰ ਦੀ MLA ਆ, ਮੇਰੇ ਕੋਲ ਤਾਂ ਚੰਗੀ ਬਣਾ ਲਈ ਹੋਣੀ ਹੈ। ਮੇਰੇ ਕੋਲ ਪੂਰੇ ਪੰਜਾਬ 'ਚ 1 ਇੰਚ ਵੀ ਜਗ੍ਹਾ ਨਹੀਂ ਹੈ ਤੇ ਨਾ ਹੀ ਮੈਂ ਜਗ੍ਹਾ ਬਣਾਉਣੀ ਹੈ।
मेरी कोई इच्छा नहीं, मेरे दो बच्चे है, दोने बच्चे पढ़ लिख के जिड्डी वड्डी मर्जी घर च रहन, जिड्डी वड्डी मर्जी कोठी च रहन, साडा सरकार दा आम आदमी पार्टी दा किसे तरह दा कोई मकसद नहीं वी असीं प्यो दादियां लई प्रॉपर्टी बनावे। मेरे कोले मेरे नाम ते 2012 दे विच मैं एक एक्टिवा खरीदी सी ओह, ते इक मैं आ पिछे जे साडे पूरे परिवार कोले इको ही कार आ जिहड़ी साडी है, ओह नवीं नहीं लई, ओह वी सैकंड हैंड लई आ असीं कितों। ਇਹ ਦੋ ਚੀਜ਼ਾਂ। ਤੀਜੀ ਚੀਜ਼ ਮੇਰੇ ਕੋਲ ਪੂਰੇ ਪੰਜਾਬ ਦੇ ਵਿੱਚ ਕਿਤੇ ਇੱਕ ਇੰਚ ਵੀ ਜਗ੍ਹਾ ਹੈ ਨੀ, ਤੇ ਮੈਨੂੰ ਆਪਣਾ ਜੀ ਨੀ ਕਰਦਾ ਕਿ ਕਿਰਾਏ ਤੇ ਘਰ ਕਦੋਂ ਤੱਕ ਰਹਿਣਾ, ਕੱਲ ਨੂੰ ਫਿਰ ਕੋਈ ਇਲਜ਼ਾਮ ਲਾ ਦੇਗਾ, ਕੁਛ ਕਰ ਦੇਗਾ, ਆਪਣਾ ਘਰ ਬਣਾਇਆ ਜਾਵੇ। ਦੇਖੋ ਜਿੰਨੀ ਕੁ ਸੈਲਰੀ ਹੈ ਉਹਦੇ ਚੋਂ ਇੰਸਟਾਲਮੈਂਟਸ ਭਰ ਕੇ ਲੋਕਾਂ ਨੂੰ ਲੁੱਟਣ ਨਾਲੋਂ ਮੈਂ ਓਨਾ ਕੁ ਕਿਰਾਇਆ ਦੇ ਕੇ ਜ਼ਿੰਦਗੀ ਦੇ ਵਿੱਚ ਆਪਣੇ ਬੱਚਿਆਂ ਦੀ ਜ਼ਿੰਦਗੀ ਨੂੰ ਸਰਵਾਈਵ ਕਰਾਵਾਂ। ਹੁਣ ਜਿਹੜੀ ਕੋਠੀ ਲਈ ਹੈ ਜਿੱਥੇ ਹੁਣ ਤੁਸੀਂ ਸ਼ਿਫਟ ਹੋ ਗਏ, ਉਹ ਵੈਰੀਫਾਈ ਕਰਾ ਲਈਏ, ਕੱਲ ਨੂੰ ਕੋਈ ਦੂਸਰਾ ਮਾਲਕ ਫਿਰ ਆ ਕੇ ਫਿਰ ਕਵੇ ਕਿ ਮੇਰੀ ਕੋਠੀ ਐਮਐਲਏ ਨੇ ਦਬ ਲਈ ਹੈ। ਦੇਖੋ ਉਹ ਗੁੱਟ ਫੇਚ ਕਰਾਈ ਹੈ, ਜਿਵੇਂ ਪਹਿਲਾਂ ਐਗਰੀਮੈਂਟ ਸੀ ਉਵੇਂ ਕਰਾਈ ਹੈ। ਉਹ 1 ਸਾਲ ਦਾ ਸੀ ਕਿੰਨੀ ਦੇਰ? ਉਹ 11 ਮਹੀਨੇ ਦਾ ਸੀ, 11 ਮਹੀਨੇ ਵਾਲੇ ਲਈ ਕੋਈ ਰਜਿਸਟਰਡ ਲੱਗਦਾ ਨਹੀਂ, ਜਿਵੇਂ ਪਹਿਲੀਆਂ ਕੋਠੀਆਂ 'ਚ ਰਹਿੰਦੀ ਗਈਆਂ ਉਵੇਂ ਇਹਦੇ 'ਚ ਰਹਿ ਰਹੀਆਂ। ਦੇਖੋ ਮੇਰੀ ਗੱਲ ਸੁਣੋ, ਕੋਈ ਫਰਕ ਨਹੀਂ ਪੈਂਦਾ ਲੋਕ ਕੀ ਕਹਿੰਦੇ ਆ, ਪਰ ਮੈਨੂੰ ਅੱਜ ਇਸ ਗੱਲ ਦੀ ਤਸੱਲੀ ਹੈ ਕਿ ਆਪਣੇ 'ਤੇ ਜਿਹੜਾ ਇਲਜ਼ਾਮ ਲੱਗਦਾ ਸੀ ਆਪਾਂ ਉਹਦੇ 'ਚੋਂ ਬਾਹਰ ਹਾਂ, ਮੇਰਾ ਕਿਸੇ ਚੀਜ਼ ਨਾਲ ਕੋਈ ਲੈਣਾ ਦੇਣਾ। ਲਾਸਟ ਸਵਾਲ, ਕਿਉਂਕਿ ਬਦਨਾਮੀ ਸੋਸ਼ਲ ਮੀਡੀਆ 'ਤੇ ਬਹੁਤ ਟ੍ਰੋਲ ਹੋਏ, ਸਭ ਕੁਛ ਹੋਏ, ਹੁਣ ਕਿਸੇ 'ਤੇ ਮਾਨਹਾਨੀ ਦਾ ਕੇਸ ਜਾਂ ਕਿਸੇ 'ਤੇ ਕਰੋਗੇ, ਔਰ ਜਿੰਨੇ ਐਗਰੀਮੈਂਟ ਕੀਤਾ ਸੀ ਉਹਦੇ ਤੋਂ ਪੁੱਛੋਗੇ ਭਾਈ ਮੇਰੀ ਬਦਨਾਮੀ ਹੋ ਗਈ, ਤੂੰ ਤੁਹਾਡੇ ਆਪਸੀ ਕਲੇਸ਼ ਸੀਗਾ ਅਤੇ ਤੁਹਾਡੇ ਕਰਕੇ ਮੇਰਾ ਹੋ ਗਿਆ, ਔਰ ਜਿਸ ਤਰੀਕੇ ਨਾਲ ਟ੍ਰੋਲ ਹੋਏ, ਕੋਈ ਕੇਸ ਐਕਟੀਵਿਟੀ ਕੁਛ ਕਰੋਗੇ? ਦੇਖੋ ਜੀ, ਬਿਲਕੁਲ ਮੈਂ ਸਾਰੀ ਚੀਜ਼ਾਂ ਦਾ ਇੱਕ ਗੱਲ ਜ਼ਰੂਰ ਕਹਿੰਦੀ ਹਾਂ। ਵੱਡੀ ਭੈਣ ਕਹਿੰਦੇ ਆ ਪੰਜਾਬ ਦੇ ਲੋਕ ਮੈਨੂੰ, ਪਹਿਲਾਂ ਤਾਂ ਮੈਂ ਵਾਰਨਿੰਗ ਦਿੰਦੀ ਹਾਂ ਜਿਨ੍ਹਾਂ ਜਿਨ੍ਹਾਂ ਨੇ ਇਹੋ ਜਿਹੀਆਂ ਹਰਕਤਾਂ ਕੀਤੀਆਂ, ਚਾਹੇ ਉਹ ਕੁਛ ਪੱਤਰਕਾਰ ਭਾਈਚਾਰਾ ਸੀ, ਕੁਛ ਚਾਹੇ ਉਹ ਕੋਈ ਪੋਲੀਟੀਕਲੀ ਓਰੀਐਂਟਡ ਪਰਸਨ ਸੀ, ਆਪਣਾ ਪੱਖ ਪੇਸ਼ ਕਰਕੇ ਆਪਣੀ ਮਾਫ਼ੀ ਮੰਗ ਲਓ, ਨਹੀਂ ਤਾਂ ਮੈਂ ਇੱਕ ਇੱਕ 'ਤੇ ਡੈਫਾਮੇਸ਼ਨ ਦਾ ਪਰਚਾ ਜ਼ਰੂਰ ਕਰਾਂਗੀ। ਔਰ ਉਹਦੇ ਤੋਂ ਮਕਾਨ ਮਾਲਕ ਤੋਂ ਪੁੱਛੋਗੇ ਜਿੰਨੇ ਕਿਹਾ ਕਿ ਕਿੰਦੀ ਸੀ ਕੀ ਸੀ ਵੈਰੀਫਾਈ? ਮੈਂ ਕਿਹਾ ਹੋਇਆ ਐਸਐਸਪੀ ਸਾਹਿਬ ਨੂੰ ਵੀ ਇਹਦੀ ਇਨਕੁਆਇਰੀ ਕਰੋ, ਮੈਨੂੰ ਦੱਸੋ ਕੀ ਗੱਲ ਹੈ, ਮੈਂ ਕੰਮ ਕਰਾਂ। ਤਾਂ ਇਸ ਕੋਠੀ ਦੀ ਸੱਚਾਈ ਕੀ ਹੈ, ਕੋਠੀ ਦਾ ਪੱਖ ਕੀ ਹੈ, ਜਾਣਨਾ ਬੇਹੱਦ ਜ਼ਰੂਰੀ ਸੀਗਾ, ਇਸ ਕਰਕੇ ਗੱਲਬਾਤ ਜਿਹੜੀ ਹੈ ਜਿਨ੍ਹਾਂ ਦੇ ਉੱਤੇ ਇਲਜ਼ਾਮ ਲੱਗੇ ਵਿਧਾਇਕਾ ਸਾਹਿਬਾਂ ਦੇ ਉੱਤੇ, ਉਹਨਾਂ ਨੇ ਦੱਸਿਆ ਕਿ ਮੈਂ ਕੋਠੀ ਖਾਲੀ ਕਰ ਦਿੱਤੀ, ਚਾਬੀਆਂ ਦੇ ਦਿੱਤੀਆਂ। ਇਸ ਕੋਠੀ ਦੇ ਦੋ ਓਨਰ ਦਾ ਵਿਵਾਦ ਸੀਗਾ, ਇੱਕ ਓਨਰ ਦੇ ਨਾਲ ਐਗਰੀਮੈਂਟ ਹੋਇਆ ਸੀ, NRI ਜਦੋਂ ਸਾਹਮਣੇ ਆਈ ਤਾਂ ਮੈਂ ਕੋਠੀ ਜਿਹੜੀ ਉਹ ਖਾਲੀ ਕਰ ਦਿੱਤੀ ਹੈ। ਕੈਮਰਾਮੈਨ ਰਜਿੰਦਰ ਦੇ ਨਾਲ ਪੰਕਜ ਭਾਈ, ਨਿਊਜ਼ 18 ਚੰਡੀਗੜ੍ਹ। ਪਿਛਲੇ ਦਿਨਾਂ 'ਚ ਸੋਸ਼ਲ ਮੀਡੀਆ 'ਤੇ ਸਭ ਤੋਂ ਜ਼ਿਆਦਾ ਚਰਚਾ ਇਹ ਰਹੀ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਇੱਕ NRI ਮਹਿਲਾ ਦੀ ਕੋਠੀ ਦਬ ਲਈ ਹੈ। ਉਹ NRI ਮਹਿਲਾ ਲਗਾਤਾਰ ਇਨਸਾਫ਼ ਦੀ ਗੁਹਾਰ ਲਗਾ ਰਹੀ ਸੀਗੀ, ਔਰ ਇਸ ਮਸਲੇ ਦੇ ਉੱਤੇ ਉਹਨਾਂ ਵਿਧਾਇਕਾਂ ਸਾਹਿਬਾਂ ਦਾ ਕੀ ਕਹਿਣਾ, ਗੱਲਬਾਤ ਕਰ ਲੈਂਦੇ ਹਾਂ। ਮੈਮ, ਕੋਠੀ ਦੱਬਣ ਦੇ ਇਲਜ਼ਾਮ ਤੁਹਾਡੇ ਉੱਤੇ ਲੱਗੇ ਹੈ ਕਿ ਇੱਕ NRI ਮਹਿਲਾ ਤੁਸੀਂ ਲਗਾਤਾਰ ਦੇਖ ਰਹੇ ਹੋਵੋਗੇ, ਉਹ ਕਹਿ ਰਹੇ ਕਿ MLA ਸਾਹਿਬ ਨੇ ਆਪਣੀ ਪਾਵਰ ਦਾ ਇਸਤੇਮਾਲ ਕਰਦੇ ਹੋਏ ਮੇਰੀ ਕੋਠੀ ਦੱਬ ਲਈ ਹੈ। ਦੇਖੋ ਜੀ, ਮੈਂ ਇਸ ਤੋਂ ਪਹਿਲਾਂ ਵੀ ਦੋ ਕੋਠੀਆਂ ਕਿਰਾਏ 'ਤੇ ਰਹੀ ਹਾਂ, ਕੋਈ ਇਹ ਪਹਿਲੀ ਕੋਠੀ ਨਹੀਂ। ਦੂਜੀ ਗੱਲ ਤੁਹਾਨੂੰ ਮੈਂ ਇੱਕ ਦੱਸਣਾ ਚਾਹੁੰਦੀ ਹਾਂ ਵੀ ਮੈਂ ਇੱਕ ਦਲਿਤ ਪਰਿਵਾਰ ਤੋਂ ਆਉਂਦੀ ਹਾਂ, ਜਿੱਥੇ ਸਾਡੀ ਕੋਈ ਪ੍ਰੋਪਰਟੀ ਨਹੀਂ ਹੁੰਦੀ, ਜ਼ਮੀਨ ਵਗੈਰਾ ਨਹੀਂ ਹੁੰਦੀ, ਅਤੇ ਸਾਨੂੰ ਕੋਈ ਸ਼ਰਮ ਨਹੀਂ ਕਿਸੇ ਦੀ ਕੋਠੀ ਕਿਰਾਏ 'ਤੇ ਲੈ ਕੇ ਰਹਿਣ ਦਾ। ਸਾਡੀ ਜਿੰਨੀ ਕੁ ਪਹੁੰਚ ਆ, ਅਸੀਂ ਘਰ ਮਕਾਨ ਕਿਰਾਏ 'ਤੇ ਲੈਂਦੇ ਹਾਂ ਅਤੇ ਰਹਿੰਦੇ ਹਾਂ। ਮੈਂ 6 ਸਾਲ ਪਿਛਲੀ ਕੋਠੀ 'ਚ ਰਹੀ ਹਾਂ, ਉਹ ਵੀ ਇੱਕ NRI ਵੀਰ ਦੀ ਕੋਠੀ ਸੀ, ਰੈਂਟ ਜਿੰਨਾ ਸਾਡੀ ਐਗਰੀਮੈਂਟ ਹੋਇਆ, ਜਿਸ ਤਰ੍ਹਾਂ ਉਹਨਾਂ ਨੇ ਐਗਰੀਮੈਂਟ ਕੀਤਾ, ਇੱਥੇ ਦੇ ਮਾਲਕ ਨਾਲ 11-5 ਨੂੰ ਐਗਰੀਮੈਂਟ ਕੀਤਾ, ਅਤੇ ਮੈਂ ਕੋਠੀ ਸ਼ਿਫਟ ਕਰ ਗਈ। ਕੋਠੀ ਸ਼ਿਫਟ ਕਰਨ ਤੋਂ ਬਾਅਦ ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਮੈਂ ਜੇ ਕੋਠੀ 'ਤੇ ਕਬਜ਼ਾ ਕਰਨਾ ਹੁੰਦਾ ਤਾਂ ਮੈਂ ਜਿਹੜੀ 6 ਸਾਲ ਰਹੀ ਸੀ ਉਹਦੇ 'ਤੇ ਕਬਜ਼ਾ ਕਰਦੀ, ਜਾਂ ਮੈਂ 1 ਮਹੀਨੇ 'ਚ ਜਿਹੜੀ 'ਚ ਰਹੀ ਹਾਂ ਉਹ 'ਤੇ ਕਬਜ਼ਾ ਕਰ ਲਿਆ?
मेरे नाम से कुछ भी नहीं है, कुछ भी दिखा दे मैं चैलेंज करती हूँ, कुछ भी मेरे नाम से नहीं। फिर माणुके क्यों खराब किया जा रहा है? क्योंकि माणुके एक पोलीटिकली ओरिएंटड जो ड्रम है जोड़ा पूरी तरह रचा गया। इस करके मेरा इस कोठी नाल मैं एक गल जरूर कहना चाहूंगी, मेरा हुण इस कोठी नाल कोई लेना देना नहीं। आपां चाबियां जी दियां सिटी नूं फड़ा दियां, कोठी खाली कर दित्ती है। तुसीं कोठी कदों छड्डी है? मैं 11 अज 11/6 दा एग्रीमेंट है, समान शिफ्ट हो रहा, मेरा परिवार शिफ्ट कर रहा, जाके आपां चाबियां उहनूं कल मैं चाबियां दित्तियां सी, कुछ समान असीं कल शिफ्ट करके सी, असीं उस मालक मंगां नूं कुछ समान अज सारा खाली करके कोठी का मालक कौन है? क्योंकि महिला मालक है, महिला दे नाल तुसी एग्रीमेंट कीता सीगा जिहड़ी एनआरआई विदेश तो है, जां कोई होर है जिस दे नाल एग्रीमेंट कीता सी? मैं वकील साहब हैगे साडे करम सिंह जी, उन्हां ने एग्रीमेंट कीता, ओह बैंक मैनेजर रिटायर्ड है, जिन्हां नाल कानूनन तां ही कहिंदे आ। मैं कल ही कहता सीगा, मैं उन्हां नूं बुला के कहता सी वी असीं शिफ्ट कर रहे, देखो तुहानूं वी पता वी घरां दा समान इक जां अद्धे घंटे दी शिफ्टिंग नहीं हुंदी, इह हुण उहनां दी इच्छा। मैं जी तो चाबियां लाइयां सी उहनूं दे दित्तियां। उस एनआरआई महिला ना कोई गलबात हुई? क्योंकि वो तां कह रही कहिंदे कि सत्ता दा पावर इस्तेमाल करके डराया जा रहा वै। तुसीं इन्ना ही पुछ लिओ उस बीबी नूं वी तूं आराम नाल मेरे कोले आ सकदी, तूं सारे प्रेस कॉन्फ्रेंस कर ली, जिवें पहले मालकां ने मेरे कोले आके गल कीती, मैं तेरी कोठी दी चाबी तैनूं दे दिंदी। पर मेरा असूल इह बणदा मैं जी तो चाबी लई आ उहनूं दवां, ठीक है? एक पासे तां उह कल परसों इक चैनल नूं कह रही सी, निजी चैनल सी, वी मैं कदे बीबी नूं मिलगो ही नहीं, इत्थों की है ਵੀ ਮੇਰੇ ਤੋਂ ਮੈਨੂੰ ਚੀਜ਼ ਦਿੱਤੀ, ਮੈਂ ਹੀ ਗਲਤ ਕਰ ਰਹੀ ਹਾਂ, ਮੈਨੂੰ ਪੁੱਛਣਾ ਨਹੀਂ, ਪਰ ਦੱਸਣਾ ਸਾਰਿਆਂ ਨੂੰ ਇਹ ਮੈਨੂੰ। ਸਿਆਸੀ ਤੌਰ ਤੇ ਕਿਉਂਕਿ ਬਦਨਾਮੀ ਬਹੁਤ ਹੋ ਗਈ, ਵਿਰੋਧੀ ਪਾਰਟੀਆਂ ਨੇ ਬਹੁਤ ਸਾਰੇ ਸਵਾਲ ਚੁੱਕੇ ਕਿ ਇਹ ਤਾਂ ਆਮ ਆਦਮੀ ਪਾਰਟੀ 'ਚ ਇੱਦਾਂ ਹੀ ਹੈ, ਕਿਤੇ ਕੋਈ ਕਬਜ਼ਾ ਕਰ ਲੈਂਦਾ ਕਿਤੇ ਕੋਈ ਕਬਜ਼ਾ ਕਰ ਲੈਂਦਾ, ਬਹੁਤ ਸਾਰੀ ਬਦਨਾਮੀ ਹੋ ਗਈ, ਹੁਣ ਅੱਗੇ ਕੀ? ਦੇਖੋ ਜੀ, ਪਹਿਲੀ ਗੱਲ ਤਾਂ ਬਦਨਾਮੀ ਤਾਂ ਹੁੰਦੀ ਜੇ ਮੈਂ ਕਬਜ਼ਾ ਛੱਡਦੀ ਨਾ, ਜਿਸ ਤਰ੍ਹਾਂ ਪਿਛਲੀ 5 ਸਾਲ ਵਿਧਾਨ ਸਭਾ ਦੇ ਵਿੱਚ ਰੌਲਾ ਪੈਂਦਾ ਰਿਹਾ ਵੀ ਖੈਰ ਇਹਨਾਂ ਦਾ ਜਿਗਰੀ ਯਾਰ ਕਾਂਗਰਸ ਆ, ਰੌਲਾ ਪਾਉਂਦਾ ਰਿਹਾ ਵੀ ਜਿਹੜੀ ਕੋਠੀ ਤੇ ਖਹਿਰਾ ਕਿਰਾਏ ਤੇ ਆਇਆ ਸੀ ਉਹਨੂੰ ਪੁੱਛੋ ਇਹਦਾ ਮਾਲਕ ਕਿੱਦਾਂ ਬਣ ਗਿਆ, ਇਹਨੂੰ ਪੁੱਛੋ 16 ਲੱਖ ਦੀ ਕੋਠੀ ਇਹਨੂੰ ਕਿੱਥੋਂ ਮਿਲ ਗਈ। ਜੇ ਬਦਨਾਮੀ ਤਾਂ ਸਾਡੀ ਤਾਂ ਹੋਵੇ ਨਾ, ਬਦਨਾਮੀ ਸਾਡੀ ਤਾਂ ਹੋਵੇ ਜੇ ਅਸੀਂ ਕਿਸੇ ਦਾ, ਜਿਵੇਂ ਖਹਿਰਾ ਸਾਹਿਬ ਦੀ ਗੱਲ ਚੱਲਦੀ ਆ ਅਕਸਰ ਵਿਧਾਨ ਸਭਾ ਦੇ ਵਿੱਚ ਚੱਲਦੀ ਆ, ਲੋਕ ਬੋਲਦੇ ਆ ਬਈ ਰਾਮਗੜ੍ਹ ਦੇ ਵਿੱਚ ਵਿੱਚੋਂ ਵਿੱਚ ਸੜਕ ਜਾਂਦੀ ਹੈ, ਇਹ ਵਿੱਚ ਹੀ ਰੱਖ ਕੇ ਦੂਜੇ ਪਾਸੇ ਸੜਕ ਕੱਢ ਗਿਆ, ਇਹਨੂੰ ਪੁੱਛੋ ਲੱਠਾ ਕਢਵਾ ਕੇ ਦੇਖੋ ਇਹਦੀ ਸੜਕ ਕਿੱਥੇ ਹੈ। ਦੂਜੀ ਗੱਲ, ਬਦਨਾਮੀ ਕਦੇ ਵੀ ਸਾਡੀ ਪਾਰਟੀ ਦੇ ਭਗਵੰਤ ਮਾਨ ਜੀ ਨੇ ਇਹ ਨਹੀਂ ਕਿਹਾ, ਸਾਡੇ ਜਿਹੜੇ ਪਾਰਟੀ ਦੇ ਪ੍ਰਧਾਨ ਹੈ ਉਹਨਾਂ ਨੇ ਸਾਨੂੰ ਨੈਸ਼ਨਲ ਕਮਿਸ਼ਨ ਨੇ ਕਦੇ ਨਹੀਂ ਕਿਹਾ ਵੀ ਆਪਾਂ ਕੋਈ ਗਲਤ ਕੰਮ ਕਰਨਾ। ਜਦੋਂ ਸੈਸ਼ਨ ਬੁਲਾਉਣਾ ਅਸੀਂ ਮਾਨ ਸਾਹਿਬ ਤਾਂ ਲੈ ਕੇ ਆਉਂਦੇ ਪੰਜਾਬ ਦੇ ਮੁੱਦੇ ਵੀ RDF ਦੀ ਗੱਲ ਕਰੀਏ, ਆਪਾਂ ਕੁਛ ਕਰੀਏ, ਗਵਰਨਰ ਨਾਲ ਸਾਡੀ ਲੜਾਈ ਹੋ ਰਹੀ ਹੈ, ਸਾਡੇ ਕਿਸਾਨਾਂ ਨੂੰ ਕਿੱਦਾਂ ਸਾਥ ਦੇਣਾ, ਪਰ ਇਹਨਾਂ ਇਹ ਦੂਜੀਆਂ ਪਾਰਟੀਆਂ ਦੇ ਹੱਥਾਂ ਤੇ ਚੜ ਕੇ ਜੇ SC ਦਾ ਮੁੱਦਾ ਚੱਕੋ ਇਹ ਤਾਂ ਨੱਚਣ ਲੱਗ ਜਾਂਦੇ ਆ। CM ਸਾਹਿਬ ਨਾਲ ਕੋਈ ਗੱਲਬਾਤ ਹੋਈ ਤੁਹਾਡੀ ਕੀ ਕੋਠੀ ਬਾਰੇ, ਜਾਂ ਉਹਨਾਂ ਨੇ ਪੁੱਛਿਆ ਕਿ ਕਿਉਂ ਇਹ ਸਾਰਾ ਵਿਵਾਦ ਜਿਹੜਾ ਹੋ ਰਿਹਾ? ਮੇਰੇ CM ਸਾਹਿਬ ਨੂੰ ਮੇਰੇ ਤੇ ਵਿਸ਼ਵਾਸ ਆ, ਉਹਨਾਂ ਨੂੰ ਪਤਾ ਵੀ ਸਰਬਜੀਤ ਕਦੇ ਵੀ ਇਸ ਕੰਮ ਚ ਕੋਠੀ ਕੀ ਮਕਾਨ ਕੀ ਕਿਸੇ ਦੇ ਕੰਮ ਚ ਨਹੀਂ ਪਏਗੀ। ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨੇ ਇੱਕ ਗੱਲ ਜ਼ਰੂਰ ਕਹੂੰਗੀ ਕਿ ਸਾਡੇ CM ਨੂੰ ਅਸੀਂ ਆਪਣੇ ਪੰਜਾਬ ਦੀ ਡਿਵੈਲਪਮੈਂਟ ਵੱਲ ਵਧਾਉਣਾ, ਅਸੀਂ ਉਹਨੂੰ ਇਹੋ ਜਿਹੇ ਕੰਮਾਂ ਚ ਪਾ ਕੇ ਅਸੀਂ ਕੰਮ ਨਹੀਂ ਖਰਾਬ ਕਰਨਾ, ਪੰਜਾਬ ਦੇ ਲੋਕਾਂ ਦਾ ਭਲਾ ਕਰਨ। ਮੈਂ ਆਪਣਾ ਪੱਖ ਰੱਖਤਾ, ਅੱਗੋਂ ਸਰ ਜਿਹੜਾ ਫੈਸਲਾ ਦੇਣਾ। ਲੋਕ ਇਹ ਵੀ ਜਾਣਨਾ ਚਾਹੁੰਦੇ ਕਿ ਤੁਹਾਡੇ ਕੋਲ ਕਿੰਨੀ ਪ੍ਰੋਪਰਟੀ ਆਪਣੀ ਹੈ, ਜਿਹੜੀ ਤੁਹਾਡਾ ਆਪਣੀ ਜਾਇਦਾਦ ਘਰ ਕਿੰਨਾ ਤੁਹਾਡੇ ਕੋਲ ਆਪਣਾ, ਔਰ ਉਸ ਥਾਂ ਤੇ ਕਿਉਂ ਨਹੀਂ ਰਹਿੰਦੇ ਜਾਂ ਕਿਰਾਏ ਤੇ ਕਿਉਂ ਤੁਹਾਨੂੰ ਰਹਿਣਾ ਪੈ ਰਿਹਾ? MLA ਕੋਲ ਤਾਂ ਚੰਗੀ ਪ੍ਰੋਪਰਟੀ ਹੁੰਦੀ, ਚੰਗੀ ਜਾਇਦਾਦ ਹੁੰਦੀ ਹੈ। ਮੈਂ 2 ਵਾਰ ਦੀ MLA ਆ, ਮੇਰੇ ਕੋਲ ਤਾਂ ਚੰਗੀ ਬਣਾ ਲਈ ਹੋਣੀ ਹੈ। ਮੇਰੇ ਕੋਲ ਪੂਰੇ ਪੰਜਾਬ 'ਚ 1 ਇੰਚ ਵੀ ਜਗ੍ਹਾ ਨਹੀਂ ਹੈ ਤੇ ਨਾ ਹੀ ਮੈਂ ਜਗ੍ਹਾ ਬਣਾਉਣੀ ਹੈ, ਮੇਰੀ ਕੋਈ ਇੱਛਾ ਨਹੀਂ। ਮੇਰੇ 2 ਬੱਚੇ ਆ, ਦੋਨੇ ਬੱਚੇ ਪੜ੍ਹ ਲਿਖ ਕੇ ਜਿੱਡੀ ਵੱਡੀ ਮਰਜ਼ੀ ਘਰ 'ਚ ਰਹਿਣ, ਜਿੱਡੀ ਵੱਡੀ ਮਰਜ਼ੀ ਕੋਠੀ 'ਚ ਰਹਿਣ, ਸਾਡਾ ਸਰਕਾਰ ਦਾ ਆਮ ਆਦਮੀ ਪਾਰਟੀ ਦਾ ਕਿਸੇ ਤਰ੍ਹਾਂ ਦਾ ਕੋਈ ਮਕਸਦ ਨਹੀਂ ਵੀ ਅਸੀਂ ਪਿਓ ਦਾਦਿਆਂ ਲਈ ਪ੍ਰੋਪਰਟੀ ਬਣਾਵੇ। ਮੇਰੇ ਕੋਲ ਮੇਰੇ ਨਾਮ 'ਤੇ 2012 ਦੇ ਵਿੱਚ ਮੈਂ ਇੱਕ ਐਕਟਿਵਾ ਖਰੀਦੀ ਸੀ ਉਹ ਆ, ਅਤੇ ਇੱਕ ਮੈਂ ਆ ਪਿੱਛੇ ਜੇ ਸਾਡੇ ਪੂਰੇ ਪਰਿਵਾਰ ਕੋਲ ਇੱਕੋ ਹੀ ਕਾਰ ਆ ਜਿਹੜੀ ਸਾਡੀ ਹੈ, ਉਹ ਨਵੀਂ ਨਹੀਂ ਲਈ, ਉਹ ਵੀ ਸੈਕਿੰਡ ਹੈਂਡ ਲਈ ਆ ਅਸੀਂ ਕਿਤੋਂ। ਇਹ 2 ਚੀਜ਼ਾਂ, ਤੀਜੀ ਚੀਜ਼ ਮੇਰੇ ਕੋਲ ਪੂਰੇ ਪੰਜਾਬ ਦੇ ਵਿੱਚ ਕਿਤੇ 1 ਇੰਚ ਵੀ ਜਗ੍ਹਾ ਹੈ ਨਹੀਂ। ਆਪਣਾ ਜੀ ਨਹੀਂ ਕਰਦਾ ਕਿ ਕਿਰਾਏ ਤੇ ਘਰ ਕਦੋਂ ਤੱਕ ਰਹਿਣਾ, ਕੱਲ ਨੂੰ ਫਿਰ ਕੋਈ ਇਲਜ਼ਾਮ ਲਾ ਦੇਗਾ, ਕੁਛ ਕਰ ਦੇਗਾ, ਆਪਣਾ ਘਰ ਬਣਾਇਆ ਜਾਵੇ। ਦੇਖੋ ਜਿੰਨੀ ਕੁ ਸੈਲਰੀ ਹੈ ਉਹਦੇ 'ਚੋਂ ਇੰਸਟਾਲਮੈਂਟਸ ਭਰ ਕੇ ਲੋਕਾਂ ਨੂੰ ਲੁੱਟਣ ਨਾਲੋਂ ਮੈਂ ਉਹਨਾਂ ਕੁ ਕਿਰਾਇਆ ਦੇ ਕੇ ਜ਼ਿੰਦਗੀ ਦੇ ਵਿੱਚ ਆਪਣੇ ਬੱਚਿਆਂ ਦੀ ਜ਼ਿੰਦਗੀ ਨੂੰ ਸਰਵਾਈਵ ਕਰਾਵਾਂ। ਹੁਣ ਜਿਹੜੀ ਕੋਠੀ ਲਈ ਹੈ ਜਿੱਥੇ ਹੁਣ ਤੁਸੀਂ ਸ਼ਿਫਟ ਹੋ ਗਏ, ਉਹ ਵੈਰੀਫਾਈ ਕਰਾ ਲਈਏ, ਕੱਲ ਨੂੰ ਕੋਈ ਦੂਸਰਾ ਮਾਲਕ ਫਿਰ ਆ ਕੇ ਫਿਰ ਕਹੇ ਕਿ ਮੇਰੀ ਕੋਠੀ MLA ਨੇ ਦੱਬ ਲਈ ਹੈ? ਦੇਖੋ ਉਹ ਗੁੱਡ ਫੇਥ 'ਚ ਕਰਾਈ ਹੈ, ਜਿਵੇਂ ਪਹਿਲਾਂ ਐਗਰੀਮੈਂਟ ਸੀ ਉਵੇਂ ਕਰਾਈ ਹੈ। 1 ਸਾਲ ਦਾ ਸੀ, ਕਿੰਨੀ ਦੇਰ? ਉਹ 11 ਮਹੀਨੇ ਦਾ ਸੀ, 11 ਮਹੀਨੇ ਵਾਲੇ ਲਈ ਕੋਈ ਰਜਿਸਟਰਡ ਲੱਗਦਾ ਨਹੀਂ, ਜਿਵੇਂ ਪਹਿਲੀਆਂ ਕੋਠੀਆਂ 'ਚ ਰਹਿੰਦੀ ਗਈ ਆ ਉਵੇਂ ਹੀ ਇਹਦੇ 'ਚ ਰਹਿ ਰਹੀ ਆ। ਦੇਖੋ ਮੇਰੀ ਗੱਲ ਸੁਣੋ, ਕੋਈ ਫਰਕ ਨਹੀਂ ਪੈਂਦਾ,
लोग की कहने है, पर मैनू अज इस गल की तसली है कि अपने ते जिहड़ा इल्जाम लगता सी आपां उहदे चों बाहर आ, मेरा किसी चीज ने कोई लेना देना। लास्ट सवाल, क्योंकि बदनामी सोशल मीडिया ते बहुत ट्रोल होए, सब कुछ होए, हुण किसे ते मान हानि दा केस या किसे ते करोगे, और जिन्ने एग्रीमेंट किया सी उन्दे तो पुछोगे भाई मेरी बदनामी होगी, तू तुहाडे आपसी क्लेश सीगा ते तुहाडे करके मेरा हो गया, और जिस तरीके नाल ट्रोल होए कोई केस एक्टिविटी कुछ करोगे? देखो जी बिल्कुल, मैं सारी चीजां दा एक गल जरूर कहनी है, वड्डी भैण कहंदे आ पंजाब दे लोक मैनूं, पहला तां मैं वार्निंग दिंदी आ जिन्हां जिन्हां ने अजिहियां हरकतां कीतियां, चाहे वह कुछ पत्रकार भाईचारा सी, कुछ चाहे वह कोई पोलीटिकली ओरिएंटेड परसन सी, अपना पक्ष पेश करके अपनी माफी मंग लो, नहीं तो मैं एक एक ते डेफामेशन दा परचा जरूर करांगी। और उन्दे तो मकान मालक तो पुछोगे जिन्ने कहा कि किंदी सी की सी वेरीफाई, क्या होया एसएसपी साहब नु भई इनक्वायरी करो, मैनूं दसो की गल है, मैं कम करा। इस कोठी दी सच्चाई की है, कोठी दा पक्ष की है, जानना बेहद जरूरी सीगा, इस करके गलबात जिहड़ी है जिन्हां दे उत्ते इल्जाम लगे विधायक साहिबां दे उत्ते, उन्हां ने दस्सिया है कि मैं कोठी खाली कर दित्ती, चाबियां दे दित्तियां, इस कोठी दे दो ओनर दा विवाद सीगा, एक और ओनर दे नाल एग्रीमेंट होया सी, एनआरआई जदों सामने आई तां मैं कोठी जिहड़ी उह खाली कर दित्ती है। कैमरामैन रजिंदर दे नाल पंकज भाई, न्यूज़ 18 चंडीगढ़। पिछले दिनों च सोशल मीडिया से सब तो ज्यादा चर्चा है रही कि आम आदमी पार्टी के विधायक ने एक एनआरआई महिला की कोठी दबली है। एनआरआई महिला लगातार इंसाफ की गुहार लगा रही थी, और इस मसले के उत्ते उन्होंने विधायक साहिबा का की कहना है, गलबात कर लेने। मैम, कोठी दबन के इल्जाम थोड़े उत्ते लगे है कि एक एनआरआई महिला तुसी लगातार देख रहे हो, वो कह रहे कि एमएलए साहब ने अपनी पावर का इस्तेमाल करते हुए मेरी कोठी दबली है। देखो जी, मैं इस तो पहला भी दो कोठियां किराए ते रही हूँ, कोई ये पहली कोठी नहीं। दूजी गल तुहानू मैं एक दसना चाहनी हाँ, मैं एक दलित परिवार तो आनी हूँ जिथे साडी कोई प्रॉपर्टी नहीं हुंदी, जमीन वगैरह नहीं हुंदी, तो सानू कोई शर्म नहीं किसी की कोठी किराए ते लैके रहण दा। साडी जिन्नी क पहुँच आ, असीं घर मकान किराए ते लैंदे आ ते रहिंदे आ। मैं 6 साल पिछली कोठी च रही हूँ, वह भी एक एनआरआई वीर की कोठी सी, रेंट जिन्ना साडी एग्रीमेंट होया जिस तरह उन्होंने एग्रीमेंट किया, इतने के मालिक ने 11/5 नूं एग्रीमेंट किया, तो मैं कोठी शिफ्ट कर गई। कोठी शिफ्ट करने तो बाद मैनूं एक गल जवाब दो, मैं जे कोठी ते कब्जा करना हुंदा तो मैं जिहड़ी 6 साल रही सी उहदे ते कब्जा करती, जां मैं 1 महीने च जिहड़ी च रही हां उहते कब्जा कर लिया। मेरे नाम ते कुछ भी नहीं है, कुछ भी दिखा दे मैं चैलेंज करती हूँ, कुछ भी मेरे नाम ते नहीं। फिर माणूके नूं क्यों खराब किया जा रहा, क्योंकि माणूके नूं इह पोलीटिकली ओरिएंटड जिहड़ा ड्रम है जिहड़ा पूरी तरह रचा गया। इस करके मेरा इस कोठी नाल, मैं एक गल जरूर कहना चाहूंगी, मेरा हुण इस कोठी नाल कोई लेना देना नहीं, आपां चाबियां जिहदियां सिटी नूं फड़ा दिया। कोठी खाली कर दित्ती है तुसीं, कोठी कदों छड्डी है? मैं 11 अज 11/6 दा एग्रीमेंट आ, समान शिफ्ट हो रहा, मेरा परिवार शिफ्ट कर रहा, जाके आपां चाबियां उहनूं कल मैं चाबियां दित्तियां सी, कुछ समान असीं कल शिफ्ट कर गए सी, असीं उस मालक मंगा नूं कुछ समान अज सारा खाली करके चाबियां। कोठी दा मालक कौन है, क्योंकि महिला मालक है, महिला दे नाल तुसीं एग्रीमेंट कीता सीगा जिहड़ी एनआरआई विदेश तों है जां कोई होर है जिस दे नाल एग्रीमेंट कीता सी? वकील साहब हैगे साडे करम सिंह जी, उन्होंने एग्रीमेंट किया, वह बैंक मैनेजर रिटायर्ड है, जिन्हों ने कानूनन तो यही कहें, मैं कल ही कहता सीगा, मैं उन्होंने बुला के कहता सी असीं शिफ्ट कर रहे, देखो थोनों भी पता भी घर का समान एक या अद्धे घंटे की शिफ्टिंग नहीं होंगी, ये हुण उन्होंने इच्छा, मैं जी तो चाबियां लाइया सी उन्होंने दे दी। उस एनआरआई महिला ना कोई गलबात हुई, क्योंकि वह तो कह रही कहते कि सत्ता का पावर इस्तेमाल करके डराया जा रहा है?
ਤੁਸੀਂ ਇੰਨਾ ਹੀ ਪੁੱਛ ਲਿਓ ਉਸ ਬੀਬੀ ਨੂੰ ਵੀ ਤੂੰ ਆਰਾਮ ਨਾਲ ਮੇਰੇ ਕੋਲ ਆ ਸਕਦੀ ਤੂੰ ਸਾਰੇ ਪ੍ਰੈਸ ਕਾਨਫਰੰਸ ਕਰ ਲਈ ਜਿਵੇਂ ਪਹਿਲੇ ਮਾਲਕਾਂ ਨੇ ਮੇਰੇ ਕੋਲ ਆ ਕੇ ਗੱਲ ਕੀਤੀ ਮੈਂ ਤੇਰੀ ਕੋਠੀ ਦੀ ਚਾਬੀ ਤੈਨੂੰ ਦੇ ਦਿੰਦੀ ਪਰ ਮੇਰਾ ਅਸੂਲ ਇਹ ਬਣਦਾ ਮੈਂ ਜਿਹਤੋਂ ਚਾਬੀ ਲਈ ਆ ਉਹਨੂੰ ਦਵਾਂ ਠੀਕ ਹੈ ਇੱਕ ਪਾਸੇ ਤਾਂ ਉਹ ਕੱਲ ਪਰਸੋਂ ਇੱਕ ਚੈਨਲ ਨੂੰ ਕਹਿ ਰਹੀ ਸੀ ਨਿੱਜੀ ਚੈਨਲ ਸੀ ਵੀ ਮੈਂ ਕਦੇ ਬੀਬੀ ਨੂੰ ਮਿਲਗੋ ਹੀ ਨਹੀਂ ਇੱਥੋਂ ਕੀ ਹੈ ਵੀ ਮੇਰੇ ਤੋਂ ਮੈਨੂੰ ਚੀਜ਼ ਦਿੱਤੀ ਮੈਂ ਹੀ ਗਲਤ ਕਰ ਰਹੀ ਹਾਂ ਮੈਨੂੰ ਪੁੱਛਣਾ ਨਹੀਂ ਪਰ ਦੱਸਣਾ ਸਾਰਿਆਂ ਨੂੰ ਇਹ ਸਿਆਸੀ ਤੌਰ ਤੇ ਕਿਉਂਕਿ ਬਦਨਾਮੀ ਬਹੁਤ ਹੋ ਗਈ ਵਿਰੋਧੀ ਪਾਰਟੀਆਂ ਨੇ ਬਹੁਤ ਸਾਰੇ ਸਵਾਲ ਚੁੱਕੇ ਕਿ ਇਹ ਤਾਂ ਆਮ ਆਦਮੀ ਪਾਰਟੀ ਚ ਇੱਦਾਂ ਹੀ ਹੈ ਕਿਤੇ ਕੋਈ ਕਬਜ਼ਾ ਕਰ ਲੈਂਦਾ ਕਿਤੇ ਕੋਈ ਕਬਜ਼ਾ ਕਰ ਲੈਂਦਾ ਬਹੁਤ ਸਾਰੀ ਬਦਨਾਮੀ ਹੋ ਗਈ ਹੁਣ ਅੱਗੇ ਕੀ ਦੇਖੋ ਜੀ ਪਹਿਲੀ ਗੱਲ ਤਾਂ ਬਦਨਾਮੀ ਤਾਂ ਹੁੰਦੀ ਜੇ ਮੈਂ ਕਬਜ਼ਾ ਛੱਡਦੀ ਨਾ ਜਿਸ ਤਰ੍ਹਾਂ ਪਿਛਲੇ 5 ਸਾਲ ਵਿਧਾਨ ਸਭਾ ਦੇ ਵਿੱਚ ਰੌਲਾ ਪੈਂਦਾ ਰਿਹਾ ਵੀ ਖੈਰ ਇਹਨਾਂ ਦਾ ਜਿਗਰੀ ਯਾਰ ਕਾਂਗਰਸ ਦਾ ਰੌਲਾ ਪਾਉਂਦਾ ਰਿਹਾ ਵੀ ਜਿਹੜੀ ਕੋਠੀ ਤੇ ਖੈਰ ਕਿਰਾਏ ਤੇ ਆਇਆ ਸੀ ਉਹਨੂੰ ਪੁੱਛੋ ਇਹਦਾ ਮਾਲਕ ਕਿੱਦਾਂ ਬਣ ਗਿਆ ਇਹਨੂੰ ਪੁੱਛੋ 16 ਲੱਖ ਦੀ ਕੋਠੀ ਇਹਨੂੰ ਕਿੱਥੋਂ ਮਿਲ ਗਈ ਜੇ ਬਦਨਾਮੀ ਤਾਂ ਸਾਡੀ ਤਾਂ ਹੋਵੇ ਨਾ ਬਦਨਾਮੀ ਸਾਡੀ ਤਾਂ ਹੋਵੇ ਜੇ ਅਸੀਂ ਕਿਸੇ ਦਾ ਜਿਵੇਂ ਖਹਿਰਾ ਸਾਹਿਬ ਦੀ ਗੱਲ ਚੱਲਦੀ ਹੈ ਅਕਸਰ ਵਿਧਾਨ ਸਭਾ ਦੇ ਵਿੱਚ ਚੱਲਦੀ ਹੈ ਲੋਕ ਬੋਲਦੇ ਆ ਬਈ ਰਾਮਗੜ੍ਹ ਦੇ ਵਿੱਚ ਵਿੱਚੋਂ ਵਿੱਚ ਸੜਕ ਜਾਂਦੀ ਹੈ ਇਹ ਵਿੱਚ ਹੀ ਰੱਖ ਕੇ ਦੂਜੇ ਪਾਸੇ ਸੜਕ ਕੱਢ ਗਿਆ ਇਹਨੂੰ ਪੁੱਛੋ ਲੱਠਾ ਕਢਵਾ ਕੇ ਦੇਖੋ ਇਹਦੀ ਸੜਕ ਕਿੱਥੇ ਹੈ ਦੂਜੀ ਗੱਲ ਬਦਨਾਮੀ ਕਦੇ ਵੀ ਸਾਡੀ ਪਾਰਟੀ ਦੇ ਭਗਵੰਤ ਮਾਨ ਜੀ ਨੇ ਇਹ ਨਹੀਂ ਕਿਹਾ ਸਾਡੇ ਜਿਹੜੇ ਪਾਰਟੀ ਦੇ ਪ੍ਰਧਾਨ ਹੈ ਉਹਨਾਂ ਨੇ ਸਾਨੂੰ ਨੈਸ਼ਨਲ ਕਮਿਸ਼ਨ ਨੇ ਕਦੇ ਨਹੀਂ ਕਿਹਾ ਵੀ ਆਪਾਂ ਕੋਈ ਗਲਤ ਕੰਮ ਕਰਨਾ ਜਦੋਂ ਸੈਸ਼ਨ ਬੁਲਾਉਣਾ ਅਸੀਂ ਮਾਨ ਸਾਹਿਬ ਤਾਂ ਲੈ ਕੇ ਆਉਂਦੇ ਪੰਜਾਬ ਦੇ ਮੁੱਦੇ ਵੀ ਆਰ ਡੀ ਐਫ ਦੀ ਗੱਲ ਕਰੀਏ ਆਪਾਂ ਕੁਛ ਕਰੀਏ ਗਵਰਨਰ ਨਾਲ ਸਾਡੀ ਲੜਾਈ ਹੋ ਰਹੀ ਹੈ ਸਾਡੇ ਕਿਸਾਨਾਂ ਨੂੰ ਕਿੱਦਾਂ ਸਾਧਣਾ ਪਰ ਇਹਨਾਂ ਇਹ ਦੂਜੀਆਂ ਪਾਰਟੀਆਂ ਨੇ ਹੱਥਾਂ ਤੇ ਚੜ ਕੇ ਜੇ ਐਸ ਸੀ ਦਾ ਮੁੱਦਾ ਚੱਕੋ ਇਹ ਤਾਂ ਨੱਚਣ ਲੱਗ ਜਾਂਦੇ ਆ ਸੀ ਐਮ ਸਾਹਿਬ ਨਾਲ ਕੋਈ ਗੱਲਬਾਤ ਹੋਈ ਤੁਹਾਡੀ ਕੀ ਕੋਠੀ ਬਾਰੇ ਜਾਂ ਉਹਨਾਂ ਨੇ ਪੁੱਛਿਆ ਕਿ ਕਿਉਂ ਇਹ ਸਾਰਾ ਵਿਵਾਦ ਜਿਹੜਾ ਹੋ ਰਿਹਾ ਮੇਰੇ ਸੀ ਐਮ ਸਾਹਿਬ ਨੂੰ ਮੇਰੇ ਤੇ ਵਿਸ਼ਵਾਸ ਆ ਉਹਨਾਂ ਨੂੰ ਪਤਾ ਬਈ ਸਰਬਜੀਤ ਕਦੇ ਵੀ ਇਸ ਇਸ ਕੰਮ ਚ ਕੋਠੀ ਕੀ ਮਕਾਨ ਕੀ ਕਿਸੇ ਦੇ ਕੰਮ ਚ ਨਹੀਂ ਪਏਗੀ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨੇ ਇੱਕ ਗੱਲ ਜ਼ਰੂਰ ਕਹੂੰਗੀ ਕਿ ਸਾਡੇ ਸੀ ਐਮ ਨੂੰ ਅਸੀਂ ਆਪਣੇ ਪੰਜਾਬ ਦੀ ਡਿਵੈਲਪਮੈਂਟ ਵੱਲ ਵਧਾਉਣਾ ਅਸੀਂ ਉਹਨੂੰ ਇਹੋ ਜਿਹੇ ਕੰਮਾਂ ਚ ਪਾ ਕੇ ਅਸੀਂ ਕੰਮ ਨਹੀਂ ਖਰਾਬ ਕਰਨਾ ਪੰਜਾਬ ਦੇ ਲੋਕਾਂ ਦਾ ਭਲਾ ਕਰਨ ਮੈਂ ਆਪਣਾ ਪੱਖ ਰੱਖਤਾ ਅੱਗੋਂ ਸਰ ਜਿਹੜਾ ਫੈਸਲਾ ਦੇਣਾ ਲੋਕ ਇਹ ਵੀ ਜਾਣਨਾ ਚਾਹੁੰਦੇ ਕਿ ਤੁਹਾਡੇ ਕੋਲ ਕਿੰਨੀ ਪ੍ਰੋਪਰਟੀ ਆਪਣੀ ਹੈ ਜਿਹੜੀ ਤੁਹਾਡਾ ਆਪਣੀ ਜਾਇਦਾਦ ਘਰ ਕਿੰਨਾ ਤੁਹਾਡੇ ਕੋਲ ਆਪਣਾ ਔਰ ਉਸ ਥਾਂ ਤੇ ਕਿਉਂ ਨਹੀਂ ਰਹਿੰਦੇ ਜਾਂ ਕਿਰਾਏ ਤੇ ਕਿਉਂ ਤੁਹਾਨੂੰ ਰਹਿਣਾ ਪੈ ਰਿਹਾ ਐਮਐਲਏ ਕੋ ਤਾਂ ਚੰਗੀ ਪ੍ਰੋਪਰਟੀ ਹੁੰਦੀ ਚੰਗੀ ਜਾਇਦਾਦ ਹੁੰਦੀ ਹੈ ਮੈਂ 2 ਵਾਰ ਦੀ ਐਮਐਲਏ ਆ ਮੇਰੇ ਕੋਲ ਤਾਂ ਚੰਗੀ ਬਣਾ ਲਈ ਹੋਣੀ ਹੈ ਮੇਰੇ ਕੋਲ ਪੂਰੇ ਪੰਜਾਬ ਚ 1 ਇੰਚ ਵੀ ਜਗ੍ਹਾ ਨਹੀਂ ਹੈ ਤੇ ਨਾ ਹੀ ਮੈਂ ਜਗ੍ਹਾ ਬਣਾਉਣੀ ਹੈ ਮੇਰੀ ਕੋਈ ਇੱਛਾ ਨਹੀਂ ਮੇਰੇ 2 ਬੱਚੇ ਆ ਦੋਨੇ ਬੱਚੇ ਪੜ੍ਹ ਲਿਖ ਕੇ ਜਿੱਡੀ ਵੱਡੀ ਮਰਜ਼ੀ ਘਰ ਚ ਰਹਿਣ ਜਿੱਡੀ ਵੱਡੀ ਮਰਜ਼ੀ ਕੋਠੀ ਚ ਰਹਿਣ ਸਾਡਾ ਸਰਕਾਰ ਦਾ ਆਮ ਆਦਮੀ ਪਾਰਟੀ ਦਾ ਕਿਸੇ ਤਰ੍ਹਾਂ ਦਾ ਕੋਈ ਮਕਸਦ ਨਹੀਂ ਵੀ ਅਸੀਂ ਪਿਓ ਦਾਦਿਆਂ ਲਈ ਪ੍ਰੋਪਰਟੀ ਬਣਾਵੇ ਮੇਰੇ ਕੋਲ ਮੇਰੇ ਨਾਮ ਤੇ 2012 ਦੇ ਵਿੱਚ ਮੈਂ ਇੱਕ ਐਕਟਿਵਾ ਖਰੀਦੀ ਸੀ ਉਹ ਆ ਤੇ ਇੱਕ ਮੈਂ ਆ ਪਿੱਛੇ ਜੇ ਸਾਡੇ ਪੂਰੇ ਪਰਿਵਾਰ ਕੋਲ ਇੱਕੋ ਹੀ ਕਾਰ ਆ ਜਿਹੜੀ ਸਾਡੀ ਹੈ ਉਹ ਨਵੀਂ ਨਹੀਂ ਲਈ ਉਹ ਵੀ ਸੈਕਿੰਡ ਹੈਂਡ ਲਈ ਆ ਅਸੀਂ ਕਿਤੋਂ ਇਹ 2 ਚੀਜ਼ਾਂ ਤੀਜੀ ਚੀਜ਼ ਮੇਰੇ ਕੋਲ ਪੂਰੇ ਪੰਜਾਬ ਦੇ ਵਿੱਚ ਕਿਤੇ 1 ਇੰਚ ਵੀ ਜਗ੍ਹਾ ਹੈ ਨਹੀਂ ਤੇ ਮੈਨੂੰ ਆਪਣਾ ਜੀ ਨਹੀਂ ਕਰਦਾ ਕਿ ਕਿਰਾਏ ਤੇ ਘਰ ਕਦੋਂ ਤੱਕ ਰਹਿਣਾ ਵਾ ਕੱਲ ਨੂੰ ਫਿਰ ਕੋਈ ਇਲਜ਼ਾਮ ਲਾ ਦੇਗਾ ਕੁਝ ਕਰ ਦੇਗਾ ਆਪਣਾ ਘਰ ਬਣਾਇਆ ਜਾਵੇ ਦੇਖੋ ਜਿੰਨੀ ਕੁ ਸੈਲਰੀ ਹੈ ਉਹਦੇ ਚੋਂ ਇੰਸਟਾਲਮੈਂਟਸ ਭਰ ਕੇ ਲੋਕਾਂ ਨੂੰ ਲੁੱਟਣ ਨਾਲੋਂ ਮੈਂ ਉਹਨਾਂ ਕੁ ਕਿਰਾਇਆ ਦੇ ਕੇ ਜ਼ਿੰਦਗੀ ਦੇ ਵਿੱਚ ਆਪਣੇ ਬੱਚਿਆਂ ਦੀ ਜ਼ਿੰਦਗੀ ਨੂੰ ਸਰਵਾਈਵ ਕਰਾਵਾਂ ਹੁਣ ਜਿਹੜੀ ਕੋਠੀ ਲਈ ਹੈ ਜਿੱਥੇ ਹੁਣ ਤੁਸੀਂ ਸ਼ਿਫਟ ਹੋ ਗਏ ਉਹ ਵੈਰੀਫਾਈ ਕਰਾ ਲਈਏ ਕੱਲ ਨੂੰ ਕੋਈ ਦੂਸਰਾ ਮਾਲਕ ਫਿਰ ਆ ਕੇ ਫਿਰ ਕਵੇ ਕਿ ਮੇਰੀ ਕੋਠੀ ਐਮਐਲਏ ਨੇ ਦੱਬ ਲਈ ਹੈ ਦੇਖੋ ਉਹ ਗੁੱਟ ਫੇਚ ਕਰਾਈ ਹੈ ਜਿਵੇਂ ਪਹਿਲਾਂ ਐਗਰੀਮੈਂਟ ਸੀ ਉਵੇਂ ਕਰਾਈ ਹੈ 1 ਸਾਲ ਦਾ ਸੀ ਕਿੰਨੀ ਦੇਰ ਉਹ 11 ਮਹੀਨੇ ਦਾ ਸੀ 11 ਮਹੀਨੇ ਵਾਲੇ ਲਈ ਕੋਈ ਰਜਿਸਟਰਡ ਲੱਗਦਾ ਨਹੀਂ ਜਿਵੇਂ ਪਹਿਲੀਆਂ ਕੋਠੀਆਂ 'ਚ ਰਹਿੰਦੀ ਗਈਆਂ ਉਵੇਂ ਹੀ ਇਹਦੇ 'ਚ ਰਹਿ ਰਹੀਆਂ ਦੇਖੋ ਮੇਰੀ ਗੱਲ ਸੁਣੋ ਕੋਈ ਫਰਕ ਨਹੀਂ ਪੈਂਦਾ ਲੋਕ ਕੀ ਕਹਿੰਦੇ ਆ ਪਰ ਮੈਨੂੰ ਅੱਜ ਇਸ ਗੱਲ ਦੀ ਤਸੱਲੀ ਆ ਕਿ ਆਪਣੇ ਤੇ ਜਿਹੜਾ ਇਲਜ਼ਾਮ ਲੱਗਦਾ ਸੀ ਆਪਾਂ ਉਹਦੇ 'ਚੋਂ ਬਾਹਰ ਹਾਂ ਮੇਰਾ ਕਿਸੇ ਚੀਜ਼ ਨਾਲ ਕੋਈ ਲੈਣਾ ਦੇਣਾ ਲਾਸਟ ਸਵਾਲ ਕਿਉਂਕਿ ਬਦਨਾਮੀ ਸੋਸ਼ਲ ਮੀਡੀਆ ਤੇ ਬਹੁਤ ਟ੍ਰੋਲ ਹੋਏ ਸਭ ਕੁਝ ਹੋਏ ਹੁਣ ਕਿਸੇ ਤੇ ਮਾਨਹਾਨੀ ਦਾ ਕੇਸ ਜਾਂ ਕਿਸੇ ਤੇ ਕਰੋਗੇ ਔਰ ਜਿੰਨੇ ਐਗਰੀਮੈਂਟ ਕੀਤਾ ਸੀ ਉਹਦੇ ਤੋਂ ਪੁੱਛੋਗੇ ਭਾਈ ਮੇਰੀ ਬਦਨਾਮੀ ਹੋ ਗਈ ਤੂੰ ਤੁਹਾਡੇ ਆਪਸੀ ਕਲੇਸ਼ ਸੀਗਾ ਤੇ ਤੁਹਾਡੇ ਕਰਕੇ ਮੇਰਾ ਹੋ ਗਿਆ ਔਰ ਜਿਸ ਤਰੀਕੇ ਨਾਲ ਟ੍ਰੋਲ ਹੋਏ ਕੋਈ ਕੇਸ ਐਕਟੀਵਿਟੀ ਕੁਝ ਕਰੋਗੇ ਦੇਖੋ ਜੀ ਬਿਲਕੁਲ ਮੈਂ ਸਾਰੀ ਚੀਜ਼ਾਂ ਦਾ ਇੱਕ ਗੱਲ ਜ਼ਰੂਰ ਕਹਿਣੀ ਹੈ ਵੱਡੀ ਭੈਣ ਕਹਿੰਦੇ ਆ ਪੰਜਾਬ ਦੇ ਲੋਕ ਮੈਨੂੰ ਪਹਿਲਾਂ ਤਾਂ ਮੈਂ ਵਾਰਨਿੰਗ ਦਿੰਦੀ ਹਾਂ ਜਿਨ੍ਹਾਂ ਜਿਨ੍ਹਾਂ ਨੇ ਇਹੋ ਜਿਹੀਆਂ ਹਰਕਤਾਂ ਕੀਤੀਆਂ ਚਾਹੇ ਉਹ ਕੁਝ ਪੱਤਰਕਾਰ ਭਾਈਚਾਰਾ ਸੀ ਕੁਛ ਚਾਹੇ ਉਹ ਕੋਈ ਪੋਲੀਟੀਕਲੀ ਓਰੀਐਂਟਡ ਪਰਸਨ ਸੀ ਆਪਣਾ ਪੱਖ ਪੇਸ਼ ਕਰਕੇ ਆਪਣੀ ਮਾਫੀ ਮੰਗ ਲਓ ਨਹੀਂ ਤਾਂ ਮੈਂ ਇੱਕ ਇੱਕ ਤੇ ਡੈਫਾਮੇਸ਼ਨ ਦਾ ਪਰਚਾ ਜ਼ਰੂਰ ਕਰਾਂਗੀ ਔਰ ਉਹਦੇ ਦੋ ਮਕਾਨ ਮਾਲਕ ਤੋਂ ਪੁੱਛੋਗੇ ਜਿੰਨੇ ਕਿਹਾ ਕਿ ਕਿੰਦੀ ਸੀ ਕੀ ਸੀ ਵੈਰੀਫਾਈ ਮੈਂ ਕਿਹਾ ਹੋਇਆ ਐਸਐਸਪੀ ਸਾਹਿਬ ਨੂੰ ਬਈ ਇਹਦੀ ਇਨਕੁਆਇਰੀ ਕਰੋ ਮੈਨੂੰ ਦੱਸੋ ਕੀ ਗੱਲ ਹੈ ਮੈਂ ਕੰਮ ਕਰਾਂ ਤਾਂ ਇਸ ਕੋਠੀ
ਦੀ ਸੱਚਾਈ ਕੀ ਹੈ, ਕੋਠੀ ਦਾ ਪੱਖ ਕੀ ਹੈ ਜਾਣਨਾ ਬੇਹੱਦ ਜ਼ਰੂਰੀ ਸੀਗਾ। ਇਸ ਕਰਕੇ ਗੱਲਬਾਤ ਜਿਹੜੀ ਹੈ ਜਿਨ੍ਹਾਂ ਦੇ ਉੱਤੇ ਇਲਜ਼ਾਮ ਲੱਗੇ ਵਿਧਾਇਕਾ ਸਾਹਿਬਾਂ ਦੇ ਉੱਤੇ, ਉਹਨਾਂ ਨੇ ਦੱਸਿਆ ਹੈ ਕਿ ਮੈਂ ਕੋਠੀ ਖਾਲੀ ਕਰ ਦਿੱਤੀ, ਚਾਬੀਆਂ ਦੇ ਦਿੱਤੀਆਂ। ਇਸ ਕੋਠੀ ਦੇ ਦੋ ਓਨਰ ਦਾ ਵਿਵਾਦ ਸੀਗਾ, ਇੱਕ ਓਨਰ ਦੇ ਨਾਲ ਐਗਰੀਮੈਂਟ ਹੋਇਆ ਸੀ, NRI ਜਦੋਂ ਸਾਹਮਣੇ ਆਈ ਤਾਂ ਮੈਂ ਕੋਠੀ ਜਿਹੜੀ ਉਹ ਖਾਲੀ ਕਰ ਦਿੱਤੀ ਹੈ। ਕੈਮਰਾਮੈਨ ਰਜਿੰਦਰ ਦੇ ਨਾਲ ਪੰਕਜ ਭਾਈ, ਨਿਊਜ਼ 18 ਚੰਡੀਗੜ੍ਹ। ਪਿਛਲੇ ਦਿਨਾਂ 'ਚ ਸੋਸ਼ਲ ਮੀਡੀਆ 'ਤੇ ਸਭ ਤੋਂ ਜ਼ਿਆਦਾ ਚਰਚਾ ਰਹੀ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਇੱਕ NRI ਮਹਿਲਾ ਦੀ ਕੋਠੀ ਦਬਲੀ ਹੈ। ਉਹ NRI ਮਹਿਲਾ ਲਗਾਤਾਰ ਇਨਸਾਫ਼ ਦੀ ਗੁਹਾਰ ਲਗਾ ਰਹੀ ਸੀਗੀ, ਔਰ ਇਸ ਮਸਲੇ ਦੇ ਉੱਤੇ ਉਹਨਾਂ ਵਿਧਾਇਕਾਂ ਸਾਹਿਬਾਂ ਦਾ ਕੀ ਕਹਿਣਾ ਹੈ, ਗੱਲਬਾਤ ਕਰ ਲੈਂਦੇ ਹਾਂ। ਮੈਮ, ਕੋਠੀ ਦੱਬਣ ਦੇ ਇਲਜ਼ਾਮ ਤੁਹਾਡੇ ਉੱਤੇ ਲੱਗੇ ਹੈ ਕਿ ਇੱਕ NRI ਮਹਿਲਾ ਤੁਸੀਂ ਲਗਾਤਾਰ ਦੇਖ ਰਹੇ ਹੋਵੋਗੇ, ਉਹ ਕਹਿ ਰਹੇ ਕਿ MLA ਸਾਹਿਬ ਨੇ ਆਪਣੀ ਪਾਵਰ ਦਾ ਇਸਤੇਮਾਲ ਕਰਦੇ ਹੋਏ ਮੇਰੀ ਕੋਠੀ ਦਬਲੀ ਹੈ। ਦੇਖੋ ਜੀ, ਮੈਂ ਇਸ ਤੋਂ ਪਹਿਲਾਂ ਵੀ ਦੋ ਕੋਠੀਆਂ ਕਿਰਾਏ 'ਤੇ ਰਹੀਆਂ, ਕੋਈ ਇਹ ਪਹਿਲੀ ਕੋਠੀ ਨਹੀਂ। ਦੂਜੀ ਗੱਲ ਤੁਹਾਨੂੰ ਮੈਂ ਇੱਕ ਦੱਸਣਾ ਚਾਹੁੰਦੀ ਹਾਂ ਵੀ ਮੈਂ ਇੱਕ ਦਲਿਤ ਪਰਿਵਾਰ ਤੋਂ ਆਉਂਦੀ ਹਾਂ, ਜਿੱਥੇ ਸਾਡੀ ਕੋਈ ਪ੍ਰੋਪਰਟੀ ਨਹੀਂ ਹੁੰਦੀ, ਜ਼ਮੀਨ ਵਗੈਰਾ ਨਹੀਂ ਹੁੰਦੀ, ਅਤੇ ਸਾਨੂੰ ਕੋਈ ਸ਼ਰਮ ਨਹੀਂ ਕਿਸੇ ਦੀ ਕੋਠੀ ਕਿਰਾਏ 'ਤੇ ਲੈ ਕੇ ਰਹਿਣ ਦਾ। ਸਾਡੀ ਜਿੰਨੀ ਕੁ ਪਹੁੰਚ ਆ, ਅਸੀਂ ਘਰ ਮਕਾਨ ਕਿਰਾਏ 'ਤੇ ਲੈਂਦੇ ਹਾਂ ਅਤੇ ਰਹਿੰਦੇ ਹਾਂ। ਮੈਂ 6 ਸਾਲ ਪਿਛਲੀ ਕੋਠੀ 'ਚ ਰਹੀ ਹਾਂ, ਉਹ ਵੀ ਇੱਕ NRI ਵੀਰ ਦੀ ਕੋਠੀ ਸੀ, ਰੈਂਟ ਜਿੰਨਾ ਸਾਡੀ ਐਗਰੀਮੈਂਟ ਹੋਇਆ, ਜਿਸ ਤਰ੍ਹਾਂ ਉਹਨਾਂ ਨੇ ਐਗਰੀਮੈਂਟ ਕੀਤਾ, ਇੱਥੇ ਦੇ ਮਾਲਕ ਨਾਲ 11-5 ਨੂੰ ਐਗਰੀਮੈਂਟ ਕੀਤਾ ਅਤੇ ਮੈਂ ਕੋਠੀ ਸ਼ਿਫਟ ਕਰ ਗਈ। ਕੋਠੀ ਸ਼ਿਫਟ ਕਰਨ ਤੋਂ ਬਾਅਦ ਮੈਨੂੰ ਇੱਕ ਗੱਲ ਦਾ ਜਵਾਬ ਦਿਉ, ਮੈਂ ਜੇ ਕੋਠੀ 'ਤੇ ਕਬਜ਼ਾ ਕਰਨਾ ਹੁੰਦਾ ਤਾਂ ਮੈਂ ਜਿਹੜੀ 6 ਸਾਲ ਰਹੀ ਸੀ ਉਹਦੇ 'ਤੇ ਕਬਜ਼ਾ ਕਰਦੀ, ਜਾਂ ਮੈਂ 1 ਮਹੀਨੇ 'ਚ ਜਿਹੜੀ 'ਚ ਰਹੀ ਹਾਂ ਉਹ 'ਤੇ ਕਬਜ਼ਾ ਕਰ ਲਿਆ। ਮੇਰੇ ਨਾਂ 'ਤੇ ਕੁਛ ਵੀ ਨਹੀਂ ਹੈ, ਕੁਛ ਵੀ ਦਿਖਾ ਦੇ ਮੈਂ ਚੈਲੰਜ ਕਰਦੀ ਹਾਂ, ਕੁਛ ਵੀ ਮੇਰੇ ਨਾਮ 'ਤੇ ਨਹੀਂ। ਫਿਰ ਮਾਣੂਕੇ ਨੂੰ ਕਿਉਂ ਖਰਾਬ ਕੀਤਾ ਜਾ ਰਿਹਾ? ਕਿਉਂਕਿ ਮਾਣੂਕੇ ਨੂੰ ਇਹ ਪੋਲੀਟੀਕਲੀ ਓਰੀਐਂਟਡ ਜਿਹੜਾ ਡਰਾਮਾ ਹੈ ਜਿਹੜਾ ਪੂਰੀ ਤਰ੍ਹਾਂ ਰਚਿਆ ਗਿਆ। ਇਸ ਕਰਕੇ ਮੇਰਾ ਇਸ ਕੋਠੀ ਨਾਲ, ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੂੰਗੀ, ਮੇਰਾ ਹੁਣ ਇਸ ਕੋਠੀ ਨਾਲ ਕੋਈ ਲੈਣਾ ਦੇਣਾ ਨਹੀਂ। ਆਪਾਂ ਚਾਬੀਆਂ ਜਿਹਦੀਆਂ ਸੀ ਜੀ ਨੂੰ ਫੜਾ ਦੀਆਂ। ਕੋਠੀ ਖਾਲੀ ਕਰ ਦਿੱਤੀ ਹੈ ਤੁਸੀਂ, ਕੋਠੀ ਕਦੋਂ ਛੱਡੀ ਹੈ? ਮੈਂ 11, ਅੱਜ 11-6 ਦਾ ਐਗਰੀਮੈਂਟ ਆ, ਸਮਾਨ ਸ਼ਿਫਟ ਹੋ ਰਿਹਾ, ਮੇਰਾ ਪਰਿਵਾਰ ਸ਼ਿਫਟ ਕਰ ਰਿਹਾ, ਜਾ ਕੇ ਆਪਾਂ ਚਾਬੀਆਂ ਉਹਨੂੰ, ਕੱਲ੍ਹ ਮੈਂ ਚਾਬੀਆਂ ਦਿੱਤੀਆਂ ਸੀ, ਕੁਛ ਸਮਾਨ ਅਸੀਂ ਕੱਲ੍ਹ ਸ਼ਿਫਟ ਕਰ ਗਏ ਸੀ, ਅਸੀਂ ਉਸ ਮਾਲਕ ਮੰਗਾਂ ਨੂੰ ਕੁਛ ਸਮਾਨ ਅੱਜ ਸਾਰਾ ਖਾਲੀ ਕਰਕੇ ਚਾਬੀਆਂ। ਕੋਠੀ ਦਾ ਮਾਲਕ ਕੌਣ ਹੈ? ਕਿਉਂਕਿ ਮਹਿਲਾ ਮਾਲਕ ਹੈ, ਮਹਿਲਾ ਦੇ ਨਾਲ ਤੁਸੀਂ ਐਗਰੀਮੈਂਟ ਕੀਤਾ ਸੀਗਾ ਜਿਹੜੀ NRI ਵਿਦੇਸ਼ ਤੋਂ ਹੈ, ਜਾਂ ਕੋਈ ਹੋਰ ਹੈ ਜਿਸ ਦੇ ਨਾਲ ਐਗਰੀਮੈਂਟ ਕੀਤਾ ਸੀ? ਵਕੀਲ ਸਾਹਿਬ ਹੈਗੇ ਸਾਡੇ, ਕਰਮ ਸਿੰਘ ਜੀ, ਉਹਨਾਂ ਨੇ ਐਗਰੀਮੈਂਟ ਕੀਤਾ, ਉਹ ਬੈਂਕ ਮੈਨੇਜਰ ਰਿਟਾਇਰਡ ਆ, ਜਿਨ੍ਹਾਂ ਨਾਲ ਕਾਨੂੰਨ ਤਾਂ ਇਹੀ ਕਹਿੰਦੇ ਆ। ਮੈਂ ਕੱਲ੍ਹ ਹੀ ਕਹਿਤਾ ਸੀਗਾ, ਮੈਂ ਉਹਨਾਂ ਨੂੰ ਬੁਲਾ ਕੇ ਕਹਿਤਾ ਸੀ ਵੀ ਅਸੀਂ ਸ਼ਿਫਟ ਕਰ ਰਹੇ, ਦੇਖੋ ਤੁਹਾਨੂੰ ਵੀ ਪਤਾ ਵੀ ਘਰਾਂ ਦਾ ਸਮਾਨ 1 ਜਾਂ 1.5 ਘੰਟੇ ਦੀ ਸ਼ਿਫਟਿੰਗ ਨਹੀਂ ਹੁੰਦੀ। ਇਹ ਹੁਣ ਉਹਨਾਂ ਦੀ ਇੱਛਾ, ਮੈਂ ਜੀ ਤੋਂ ਚਾਬੀਆਂ ਲਈਆਂ ਸੀ ਉਹਨੂੰ ਦੇ ਦਿੱਤੀਆਂ। ਉਸ NRI ਮਹਿਲਾ ਨਾਲ ਕੋਈ ਗੱਲਬਾਤ ਹੋਈ? ਕਿਉਂਕਿ ਉਹ ਤਾਂ ਕਹਿ ਰਹੀ, ਕਹਿੰਦੇ ਕਿ ਸੱਤਾ ਦਾ ਪਾਵਰ ਇਸਤੇਮਾਲ ਕਰਕੇ ਡਰਾਇਆ ਜਾ ਰਿਹਾ ਵੈ। ਤੁਸੀਂ ਇੰਨਾ ਹੀ ਪੁੱਛ ਲਿਓ ਉਸ ਬੀਬੀ ਨੂੰ ਵੀ ਤੂੰ ਆਰਾਮ ਨਾਲ ਮੇਰੇ ਕੋਲ ਆ ਸਕਦੀ, ਤੂੰ ਸਾਰੇ ਪ੍ਰੈਸ ਕਾਨਫਰੰਸ ਕਰ ਲਈ, ਜਿਵੇਂ ਪਹਿਲੇ ਮਾਲਕਾਂ ਨੇ ਮੇਰੇ ਕੋਲ ਆ ਕੇ ਗੱਲ ਕੀਤੀ, ਮੈਂ ਤੇਰੀ ਕੋਠੀ ਦੀ ਚਾਬੀ ਤੈਨੂੰ ਦੇ ਦਿੰਦੀ, ਪਰ ਮੇਰਾ ਅਸੂਲ ਇਹ ਬਣਦਾ ਮੈਂ ਜੀ ਤੋਂ ਚਾਬੀ ਲਈ ਆ ਉਹਨੂੰ ਦਵਾਂ। ਠੀਕ ਹੈ, ਇੱਕ ਪਾਸੇ ਤਾਂ ਉਹ ਕੱਲ੍ਹ ਪਰਸੋਂ ਇੱਕ ਚੈਨਲ ਨੂੰ ਕਹਿ ਰਹੀ ਸੀ, ਨਿੱਜੀ ਚੈਨਲ ਸੀ, ਵੀ ਮੈਂ ਕਦੇ ਬੀਬੀ ਨੂੰ ਮਿਲੀ ਹੀ ਨਹੀਂ, ਇੱਥੋਂ ਕੀ ਹੈ ਵੀ ਮੇਰੇ ਤੋਂ ਮੈਨੂੰ ਚੀਜ਼ ਦਿੱਤੀ, ਮੈਂ ਹੀ ਗਲਤ ਕਰ ਰਹੀ ਹਾਂ, ਮੈਨੂੰ ਪੁੱਛਣਾ ਨਹੀਂ ਪਰ ਦੱਸਣਾ ਸਾਰਿਆਂ ਨੂੰ। ਇਹ ਮੈਨੂੰ ਸਿਆਸੀ ਤੌਰ ਤੇ, ਕਿਉਂਕਿ ਬਦਨਾਮੀ ਬਹੁਤ ਹੋ ਗਈ, ਵਿਰੋਧੀ ਪਾਰਟੀਆਂ ਨੇ ਬਹੁਤ ਸਾਰੇ ਸਵਾਲ ਚੁੱਕੇ ਕਿ ਇਹ ਤਾਂ ਆਮ ਆਦਮੀ ਪਾਰਟੀ 'ਚ ਇੱਦਾਂ ਹੀ ਹੈ, ਕਿਤੇ ਕੋਈ ਕਬਜ਼ਾ ਕਰ ਲੈਂਦਾ, ਕਿਤੇ ਕੋਈ ਕਬਜ਼ਾ ਕਰ ਲੈਂਦਾ, ਬਹੁਤ ਸਾਰੀ ਬਦਨਾਮੀ ਹੋ ਗਈ, ਹੁਣ ਅੱਗੇ ਕੀ? ਦੇਖੋ ਜੀ, ਪਹਿਲੀ ਗੱਲ ਤਾਂ ਬਦਨਾਮੀ ਤਾਂ ਹੁੰਦੀ ਜੇ ਮੈਂ ਕਬਜ਼ਾ ਛੱਡਦੀ ਨਾ, ਜਿਸ ਤਰ੍ਹਾਂ ਪਿਛਲੇ 5 ਸਾਲ ਵਿਧਾਨ ਸਭਾ ਦੇ ਵਿੱਚ ਰੌਲਾ ਪੈਂਦਾ ਰਿਹਾ ਵੀ ਖੈਰ ਇਹਨਾਂ ਦਾ ਜਿਗਰੀ ਯਾਰ ਕਾਂਗਰਸ ਆ, ਰੌਲਾ ਪਾਉਂਦਾ ਰਿਹਾ ਵੀ ਜਿਹੜੀ ਕੋਠੀ 'ਤੇ ਖੈਰਾ ਕਿਰਾਏ 'ਤੇ ਆਇਆ ਸੀ ਉਹਨੂੰ ਪੁੱਛੋ ਇਹਦਾ ਮਾਲਕ ਕਿੱਦਾਂ ਬਣ ਗਿਆ, ਇਹਨੂੰ ਪੁੱਛੋ 16 ਲੱਖ ਦੀ ਕੋਠੀ ਇਹਨੂੰ ਕਿੱਥੋਂ ਮਿਲ ਗਈ। ਜੇ ਬਦਨਾਮੀ ਤਾਂ ਸਾਡੀ ਤਾਂ ਹੋਵੇ ਨਾ,
ਬਦਨਾਮੀ ਸਾਡੀ ਤਾਂ ਹੋਵੇ ਜੇ ਅਸੀਂ ਕਿਸੇ ਦਾ ਜਿਵੇਂ ਖਹਿਰਾ ਸਾਹਿਬ ਦੀ ਗੱਲ ਚੱਲਦੀ ਆ ਅਕਸਰ ਵਿਧਾਨ ਸਭਾ ਦੇ ਵਿੱਚ ਚੱਲਦੀ ਆ ਲੋਕ ਬੋਲਦੇ ਆ ਬਈ ਰਾਮਗੜ੍ਹ ਦੇ ਵਿੱਚ ਵਿੱਚੋਂ ਵਿੱਚ ਸੜਕ ਜਾਂਦੀ ਹੈ ਇਹ ਵਿੱਚੇ ਹੀ ਰੱਖ ਕੇ ਦੂਜੇ ਪਾਸੇ ਸੜਕ ਕੱਢ ਗਏ ਇਹਨੂੰ ਪੁੱਛੋ ਲੱਠਾ ਕਢਵਾ ਕੇ ਦੇਖੋ ਇਹਦੀ ਸੜਕ ਕਿੱਥੇ ਹੈ ਦੂਜੀ ਗੱਲ ਬਦਨਾਮੀ ਕਦੇ ਵੀ ਸਾਡੀ ਪਾਰਟੀ ਦੇ ਭਗਵੰਤ ਮਾਨ ਜੀ ਨੇ ਇਹ ਨਹੀਂ ਕਿਹਾ ਸਾਡੇ ਜਿਹੜੇ ਪਾਰਟੀ ਦੇ ਪ੍ਰਧਾਨ ਹੈ ਉਹਨਾਂ ਨੇ ਸਾਨੂੰ ਨੈਸ਼ਨਲ ਕਮਿਸ਼ਨ ਨੇ ਕਦੇ ਨਹੀਂ ਕਿਹਾ ਵੀ ਆਪਾਂ ਕੋਈ ਗਲਤ ਕੰਮ ਕਰਨਾ ਜਦੋਂ ਸੈਸ਼ਨ ਬੁਲਾਉਣਾ ਅਸੀਂ ਮਾਨ ਸਾਹਿਬ ਤਾਂ ਲੈ ਕੇ ਆਉਂਦੇ ਪੰਜਾਬ ਦੇ ਮੁੱਦੇ ਵੀ ਆਰ ਡੀ ਐਫ ਦੀ ਗੱਲ ਕਰੀਏ ਆਪਾਂ ਕੁਛ ਕਰੀਏ ਗਵਰਨਰ ਨਾਲ ਸਾਡੀ ਲੜਾਈ ਹੋ ਰਹੀ ਹੈ ਸਾਡੇ ਕਿਸਾਨਾਂ ਨੂੰ ਕਿੱਦਾਂ ਸਾਖਤ ਸਾਥ ਦੇਣਾ ਪਰ ਇਹਨਾਂ ਇਹ ਦੂਜੀਆਂ ਪਾਰਟੀਆਂ ਦੇ ਹੱਥਾਂ ਤੇ ਚੜ੍ਹ ਕੇ ਜੇ ਐਸ ਸੀ ਦਾ ਮੁੱਦਾ ਚੱਕੋ ਇਹ ਤਾਂ ਨੱਚਣ ਲੱਗ ਜਾਂਦੇ ਆ ਸੀ ਐਮ ਸਾਹਿਬ ਨਾਲ ਕੋਈ ਗੱਲਬਾਤ ਹੋਈ ਤੁਹਾਡੀ ਕੀ ਕੋਠੀ ਬਾਰੇ ਜਾਂ ਉਹਨਾਂ ਨੇ ਪੁੱਛਿਆ ਕਿ ਕਿਉਂ ਇਹ ਸਾਰਾ ਵਿਵਾਦ ਜਿਹੜਾ ਹੋ ਰਿਹਾ ਮੇਰੇ ਸੀ ਐਮ ਸਾਹਿਬ ਨੂੰ ਮੇਰੇ ਤੇ ਵਿਸ਼ਵਾਸ ਆ ਉਹਨਾਂ ਨੂੰ ਪਤਾ ਬਈ ਸਰਬਜੀਤ ਕਦੇ ਵੀ ਇਸ ਕੰਮ ਚ ਕੋਠੀ ਕੀ ਮਕਾਨ ਕੀ ਕਿਸੇ ਦੇ ਕੰਮ ਚ ਨਹੀਂ ਪਏਗੀ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨੇ ਇੱਕ ਗੱਲ ਜ਼ਰੂਰ ਕਹੂੰਗੀ ਕਿ ਸਾਡੇ ਸੀ ਐਮ ਨੂੰ ਅਸੀਂ ਆਪਣੇ ਪੰਜਾਬ ਦੀ ਡਿਵੈਲਪਮੈਂਟ ਵੱਲ ਵਧਾਉਣਾ ਅਸੀਂ ਉਹਨੂੰ ਇਹੋ ਜਿਹੇ ਕੰਮਾਂ ਚ ਪਾ ਕੇ ਅਸੀਂ ਕੰਮ ਨਹੀਂ ਖਰਾਬ ਕਰਨਾ ਪੰਜਾਬ ਦੇ ਲੋਕਾਂ ਦਾ ਭਲਾ ਕਰਨ ਮੈਂ ਆਪਣਾ ਪੱਖ ਰੱਖਤਾ ਅੱਗੋਂ ਸਰ ਜਿਹੜਾ ਫੈਸਲਾ ਦੇ ਲੋਕ ਇਹ ਵੀ ਜਾਣਨਾ ਚਾਹੁੰਦੇ ਕਿ ਤੁਹਾਡੇ ਕੋਲ ਕਿੰਨੀ ਪ੍ਰੋਪਰਟੀ ਆਪਣੀ ਹੈ ਜਿਹੜੀ ਤੁਹਾਡਾ ਆਪਣੀ ਜਾਇਦਾਦ ਘਰ ਕਿੰਨਾ ਤੁਹਾਡੇ ਕੋਲ ਆਪਣਾ ਔਰ ਉਸ ਥਾਂ ਤੇ ਕਿਉਂ ਨਹੀਂ ਰਹਿੰਦੇ ਜਾਂ ਕਿਰਾਏ ਤੇ ਕਿਉਂ ਤੁਹਾਨੂੰ ਰਹਿਣਾ ਪੈ ਰਿਹਾ MLA ਕੋਲ ਤਾਂ ਚੰਗੀ ਪ੍ਰੋਪਰਟੀ ਹੁੰਦੀ ਚੰਗੀ ਜਾਇਦਾਦ ਹੁੰਦੀ ਹੈ ਮੈਂ 2 ਵਾਰ ਦੀ MLA ਹਾਂ ਮੇਰੇ ਕੋਲ ਤਾਂ ਚੰਗੀ ਬਣਾ ਲਈ ਹੋਣੀ ਹੈ ਮੇਰੇ ਕੋਲ ਪੂਰੇ ਪੰਜਾਬ 'ਚ 1 ਇੰਚ ਵੀ ਜਗ੍ਹਾ ਨਹੀਂ ਹੈ ਤੇ ਨਾ ਹੀ ਮੈਂ ਜਗ੍ਹਾ ਬਣਾਉਣੀ ਹੈ ਮੇਰੀ ਕੋਈ ਇੱਛਾ ਨਹੀਂ ਮੇਰੇ 2 ਬੱਚੇ ਆ ਦੋਨੇ ਬੱਚੇ ਪੜ੍ਹ ਲਿਖ ਕੇ ਜਿੱਡੀ ਵੱਡੀ ਮਰਜ਼ੀ ਘਰ 'ਚ ਰਹਿਣ ਜਿੱਡੀ ਵੱਡੀ ਮਰਜ਼ੀ ਕੋਠੀ 'ਚ ਰਹਿਣ ਸਾਡਾ ਸਰਕਾਰ ਦਾ ਆਮ ਆਦਮੀ ਪਾਰਟੀ ਦਾ ਕਿਸੇ ਤਰ੍ਹਾਂ ਦਾ ਕੋਈ ਮਕਸਦ ਨਹੀਂ ਵੀ ਅਸੀਂ ਪਿਓ ਦਾਦਿਆਂ ਲਈ ਪ੍ਰੋਪਰਟੀ ਬਣਾਵੇ ਮੇਰੇ ਕੋਲ ਮੇਰੇ ਨਾਮ 'ਤੇ 2012 ਦੇ ਵਿੱਚ ਮੈਂ ਇੱਕ ਐਕਟਿਵਾ ਖਰੀਦੀ ਸੀ ਉਹ ਆ ਅਤੇ ਇੱਕ ਮੈਂ ਆ ਪਿੱਛੇ ਜੇ ਸਾਡੇ ਪੂਰੇ ਪਰਿਵਾਰ ਕੋਲ ਇੱਕੋ ਹੀ ਕਾਰ ਆ ਜਿਹੜੀ ਸਾਡੀ ਹੈ ਉਹ ਨਵੀਂ ਨਹੀਂ ਲਈ ਉਹ ਵੀ ਸੈਕਿੰਡ ਹੈਂਡ ਲਈ ਆ ਅਸੀਂ ਕਿਤੋਂ ਇਹ 2 ਚੀਜ਼ਾਂ ਤੀਜੀ ਚੀਜ਼ ਮੇਰੇ ਕੋਲ ਪੂਰੇ ਪੰਜਾਬ ਦੇ ਵਿੱਚ ਕਿਤੇ 1 ਇੰਚ ਵੀ ਜਗ੍ਹਾ ਹੈ ਨਹੀਂ ਤੇ ਮੈਨੂੰ ਆਪਣਾ ਜੀ ਨਹੀਂ ਕਰਦਾ ਕਿ ਕਿਰਾਏ ਤੇ ਘਰ ਕਦੋਂ ਤੱਕ ਰਹਿਣਾ ਵਾ ਕੱਲ ਨੂੰ ਫਿਰ ਕੋਈ ਇਲਜ਼ਾਮ ਲਾ ਦੇਗਾ ਕੁਛ ਕਰ ਦੇਗਾ ਆਪਣਾ ਘਰ ਬਣਾਇਆ ਜਾਵੇ ਦੇਖੋ ਜਿੰਨੀ ਕੁ ਸੈਲਰੀ ਆ ਉਹਦੇ 'ਚੋਂ ਇੰਸਟਾਲਮੈਂਟਸ ਭਰ ਕੇ ਲੋਕਾਂ ਨੂੰ ਲੁੱਟਣ ਨਾਲੋਂ ਮੈਂ ਉਨਾ ਕੁ ਕਿਰਾਇਆ ਦੇ ਕੇ ਜ਼ਿੰਦਗੀ ਦੇ ਵਿੱਚ ਆਪਣੇ ਬੱਚਿਆਂ ਦੀ ਜ਼ਿੰਦਗੀ ਨੂੰ ਸਰਵਾਈਵ ਕਰਾਵਾਂ ਹੁਣ ਜਿਹੜੀ ਕੋਠੀ ਲਈ ਹੈ ਜਿੱਥੇ ਹੁਣ ਤੁਸੀਂ ਸ਼ਿਫਟ ਹੋ ਗਏ ਉਹ ਵੈਰੀਫਾਈ ਕਰਾ ਲਈਏ ਕੱਲ ਨੂੰ ਕੋਈ ਦੂਸਰਾ ਮਾਲਕ ਫਿਰ ਆ ਕੇ ਫਿਰ ਕਵੇ ਕਿ ਮੇਰੀ ਕੋਠੀ MLA ਨੇ ਦਬ ਲਈ ਹੈ ਦੇਖੋ ਉਹ ਗੁੱਟ ਫੇਚ ਕਰਾਈ ਹੈ ਜਿਵੇਂ ਪਹਿਲਾ ਐਗਰੀਮੈਂਟ ਸੀ ਉਵੇਂ ਕਰਾਈ ਹੈ ਉਹ 1 ਸਾਲ ਦਾ ਸੀ ਕਿੰਨੀ ਦੇਰ ਉਹ 11 ਮਹੀਨੇ ਦਾ ਸੀ 11 ਮਹੀਨੇ ਵਾਲੇ ਲਈ ਕੋਈ ਰਜਿਸਟਰਡ ਲੱਗਦਾ ਨਹੀਂ ਜਿਵੇਂ ਪਹਿਲੀਆਂ ਕੋਠੀਆਂ 'ਚ ਰਹਿੰਦੀ ਗਈਆਂ ਉਵੇਂ ਹੀ ਇਹਦੇ 'ਚ ਰਹਿ ਰਹੀਆਂ ਦੇਖੋ ਮੇਰੀ ਗੱਲ ਸੁਣੋ ਕੋਈ ਫਰਕ ਨਹੀਂ ਪੈਂਦਾ ਲੋਕ ਕੀ ਕਹਿੰਦੇ ਆ ਪਰ ਮੈਨੂੰ ਅੱਜ ਇਸ ਗੱਲ ਦੀ ਤਸੱਲੀ ਆ ਕਿ ਆਪਣੇ ਤੇ ਜਿਹੜਾ ਇਲਜ਼ਾਮ ਲੱਗਦਾ ਸੀ ਆਪਾਂ ਉਹਦੇ 'ਚੋਂ ਬਾਹਰ ਹਾਂ ਮੇਰਾ ਕਿਸੇ ਚੀਜ਼ ਨਾਲ ਕੋਈ ਲੈਣਾ ਦੇਣਾ ਲਾਸਟ ਸਵਾਲ ਕਿਉਂਕਿ ਬਦਨਾਮੀ ਸੋਸ਼ਲ ਮੀਡੀਆ 'ਤੇ ਬਹੁਤ ਟ੍ਰੋਲ ਹੋਏ ਸਭ ਕੁਛ ਹੋਏ ਹੁਣ ਕਿਸੇ 'ਤੇ ਮਾਨਹਾਨੀ ਦਾ ਕੇਸ ਜਾਂ ਕਿਸੇ 'ਤੇ ਕਰੋਗੇ ਔਰ ਜਿੰਨੇ ਐਗਰੀਮੈਂਟ ਕੀਤਾ ਸੀ ਉਹਦੇ ਤੋਂ ਪੁੱਛੋਗੇ ਭਾਈ ਮੇਰੀ ਬਦਨਾਮੀ ਹੋ ਗਈ ਤੂੰ ਤੁਹਾਡਾ ਆਪਸੀ ਕਲੇਸ ਸੀਗਾ ਅਤੇ ਤੁਹਾਡੇ ਕਰਕੇ ਮੇਰਾ ਹੋ ਗਿਆ ਔਰ ਜਿਸ ਤਰੀਕੇ ਨਾਲ ਟ੍ਰੋਲ ਹੋਏ ਕੋਈ ਕੇਸ ਐਕਟੀਵਿਟੀ ਕੁਛ ਕਰੋਗੇ ਦੇਖੋ ਜੀ ਬਿਲਕੁਲ ਮੈਂ ਸਾਰੀ ਚੀਜ਼ਾਂ ਦਾ ਇੱਕ ਗੱਲ ਜ਼ਰੂਰ ਕਹਿੰਦੀ ਹਾਂ ਵੱਡੀ ਭੈਣ ਕਹਿੰਦੇ ਆ ਪੰਜਾਬ ਦੇ ਲੋਕ ਮੈਨੂੰ ਪਹਿਲਾਂ ਤਾਂ ਮੈਂ ਵਾਰਨਿੰਗ ਦਿੰਦੀ ਹਾਂ ਜਿਨ੍ਹਾਂ ਜਿਨ੍ਹਾਂ ਨੇ ਇਹੋ ਜਿਹੀਆਂ ਹਰਕਤਾਂ ਕੀਤੀਆਂ ਚਾਹੇ ਉਹ ਕੁਛ ਪੱਤਰਕਾਰ ਭਾਈਚਾਰਾ ਸੀ ਕੁਛ ਚਾਹੇ ਉਹ ਕੋਈ ਪੋਲੀਟੀਕਲੀ ਓਰੀਐਂਟਡ ਪਰਸਨ ਸੀ ਆਪਣਾ ਪੱਖ ਪੇਸ਼ ਕਰਕੇ ਆਪਣੀ ਮਾਫ਼ੀ ਮੰਗ ਲਓ ਨਹੀਂ ਤਾਂ ਮੈਂ ਇੱਕ ਇੱਕ 'ਤੇ ਡੈਫਾਮੇਸ਼ਨ ਦਾ ਪਰਚਾ ਜ਼ਰੂਰ ਕਰਾਂਗੀ ਔਰ ਉਹਦੇ ਤੋਂ ਮਕਾਨ ਮਾਲਕ ਤੋਂ ਪੁੱਛੋਗੇ ਜਿੰਨੇ ਕਿਹਾ ਕਿ ਕਿੰਦੀ ਸੀ ਕੀ ਸੀ ਵੈਰੀਫਾਈ ਕਿਹਾ ਹੋਇਆ SSP ਸਾਹਿਬ ਨੂੰ ਵੀ ਇਹਦੀ ਇਨਕੁਆਇਰੀ ਕਰੋ ਮੈਨੂੰ ਦੱਸੋ ਕੀ ਗੱਲ ਆ ਮੈਂ ਕੰਮ ਕਰਾਂਗਾ ਤਾਂ ਇਸ ਕੋਠੀ ਦੀ ਸੱਚਾਈ ਕੀ ਹੈ ਕੋਠੀ ਦਾ ਪੱਖ ਕੀ ਹੈ ਜਾਣਨਾ ਬੇਹੱਦ ਜ਼ਰੂਰੀ ਸੀਗਾ ਇਸ ਕਰਕੇ ਗੱਲਬਾਤ ਜਿਹੜੀ ਹੈ ਜਿਨ੍ਹਾਂ ਦੇ ਉੱਤੇ ਇਲਜ਼ਾਮ ਲੱਗੇ ਵਿਧਾਇਕਾ ਸਾਹਿਬਾਂ ਦੇ ਉੱਤੇ ਉਹਨਾਂ ਨੇ ਦੱਸਿਆ ਹੈ ਕਿ ਮੈਂ ਕੋਠੀ ਖਾਲੀ ਕਰ ਦਿੱਤੀ ਚਾਬੀਆਂ ਦੇ ਦਿੱਤੀਆਂ ਇਸ ਕੋਠੀ ਦੇ 2 ਓਨਰ ਦਾ ਵਿਵਾਦ ਸੀਗਾ ਇੱਕ ਓਨਰ ਦੇ ਨਾਲ ਐਗਰੀਮੈਂਟ ਹੋਇਆ ਸੀ NRI ਜਦੋਂ ਸਾਹਮਣੇ ਆਈ ਤਾਂ ਮੈਂ ਕੋਠੀ ਜਿਹੜੀ ਉਹ ਖਾਲੀ ਕਰ ਦਿੱਤੀ ਹੈ ਕੈਮਰਾਮੈਨ ਰਜਿੰਦਰ ਦੇ ਨਾਲ ਪੰਕਜ ਭਾਈ ਨਿਊਜ਼ 18 ਚੰਡੀਗੜ੍ਹ
ਪਿਛਲੇ ਦਿਨਾਂ 'ਚ ਸੋਸ਼ਲ ਮੀਡੀਆ 'ਤੇ ਸਭ ਤੋਂ ਜ਼ਿਆਦਾ ਚਰਚਾ ਇਹ ਰਹੀ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਇੱਕ NRI ਮਹਿਲਾ ਦੀ ਕੋਠੀ ਦੱਬ ਲਈ ਹੈ। ਉਹ NRI ਮਹਿਲਾ ਲਗਾਤਾਰ ਇਨਸਾਫ ਦੀ ਗੁਹਾਰ ਲਗਾ ਰਹੀ ਸੀਗੀ ਔਰ ਇਸ ਮਸਲੇ ਦੇ ਉੱਤੇ ਉਹਨਾਂ ਵਿਧਾਇਕਾਂ ਸਾਹਿਬਾਂ ਦਾ ਕੀ ਕਹਿਣਾ ਹੈ, ਗੱਲਬਾਤ ਕਰ ਲੈਂਦੇ ਹਾਂ। ਮੈਮ, ਕੋਠੀ ਦੱਬਣ ਦੇ ਇਲਜ਼ਾਮ ਤੁਹਾਡੇ ਉੱਤੇ ਲੱਗੇ ਹੈ ਕਿ ਇੱਕ NRI ਮਹਿਲਾ ਤੁਸੀਂ ਲਗਾਤਾਰ ਦੇਖ ਰਹੇ ਹੋਵੋਗੇ, ਉਹ ਕਹਿ ਰਹੇ ਕਿ MLA ਸਾਹਿਬ ਨੇ ਆਪਣੀ ਪਾਵਰ ਦਾ ਇਸਤੇਮਾਲ ਕਰਦੇ ਹੋਏ ਮੇਰੀ ਕੋਠੀ ਦੱਬ ਲਈ ਹੈ। ਦੇਖੋ ਜੀ, ਮੈਂ ਇਸ ਤੋਂ ਪਹਿਲਾਂ ਵੀ ਦੋ ਕੋਠੀਆਂ ਕਿਰਾਏ 'ਤੇ ਰਹੀ ਹਾਂ, ਕੋਈ ਇਹ ਪਹਿਲੀ ਕੋਠੀ ਨਹੀਂ। ਦੂਜੀ ਗੱਲ ਤੁਹਾਨੂੰ ਮੈਂ ਇੱਕ ਦੱਸਣਾ ਚਾਹੁੰਦੀ ਹਾਂ ਵੀ ਮੈਂ ਇੱਕ ਦਲਿਤ ਪਰਿਵਾਰ ਤੋਂ ਆਉਂਦੀ ਹਾਂ, ਜਿੱਥੇ ਸਾਡੀ ਕੋਈ ਪ੍ਰੋਪਰਟੀ ਨਹੀਂ ਹੁੰਦੀ, ਜ਼ਮੀਨ ਵਗੈਰਾ ਨਹੀਂ ਹੁੰਦੀ, ਅਤੇ ਸਾਨੂੰ ਕੋਈ ਸ਼ਰਮ ਨਹੀਂ ਕਿਸੇ ਦੀ ਕੋਠੀ ਕਿਰਾਏ 'ਤੇ ਲੈ ਕੇ ਰਹਿਣ ਦਾ। ਸਾਡੀ ਜਿੰਨੀ ਕੁ ਪਹੁੰਚ ਆ, ਅਸੀਂ ਘਰ ਮਕਾਨ ਕਿਰਾਏ 'ਤੇ ਲੈਂਦੇ ਹਾਂ ਅਤੇ ਰਹਿੰਦੇ ਹਾਂ। ਮੈਂ 6 ਸਾਲ ਪਿਛਲੀ ਕੋਠੀ 'ਚ ਰਹੀ ਹਾਂ, ਉਹ ਵੀ ਇੱਕ NRI ਵੀਰ ਦੀ ਕੋਠੀ ਸੀ, ਰੈਂਟ ਜਿੰਨਾ ਸਾਡੀ ਐਗਰੀਮੈਂਟ ਹੋਇਆ, ਜਿਸ ਤਰ੍ਹਾਂ ਉਹਨਾਂ ਨੇ ਐਗਰੀਮੈਂਟ ਕੀਤਾ, ਇੱਥੇ ਦੇ ਮਾਲਕ ਨਾਲ 11-5 ਨੂੰ ਐਗਰੀਮੈਂਟ ਕੀਤਾ ਅਤੇ ਮੈਂ ਕੋਠੀ ਸ਼ਿਫਟ ਕਰ ਗਈ। ਕੋਠੀ ਸ਼ਿਫਟ ਕਰਨ ਤੋਂ ਬਾਅਦ ਮੈਨੂੰ ਇੱਕ ਗਲਤ ਜਵਾਬ ਦਿਓ, ਮੈਂ ਜੇ ਕੋਠੀ 'ਤੇ ਕਬਜ਼ਾ ਕਰਨਾ ਹੁੰਦਾ ਤਾਂ ਮੈਂ ਜਿਹੜੀ 6 ਸਾਲ ਰਹੀ ਸੀ ਉਹਦੇ 'ਤੇ ਕਬਜ਼ਾ ਕਰਦੀ, ਜਾਂ ਮੈਂ 1 ਮਹੀਨੇ 'ਚ ਜਿਹੜੀ 'ਤੇ ਰਹੀ ਹਾਂ ਉਹ 'ਤੇ ਕਬਜ਼ਾ ਕਰ ਲਿਆ। ਮੇਰੇ ਨਾਂ 'ਤੇ ਕੁਛ ਵੀ ਨਹੀਂ ਹੈ, ਕੁਛ ਵੀ ਦਿਖਾ ਦੇ ਮੈਂ ਚੈਲੰਜ ਕਰਦੀ ਹਾਂ, ਕੁਛ ਵੀ ਮੇਰੇ ਨਾਮ 'ਤੇ ਨਹੀਂ। ਫਿਰ ਮਾਣੂਕੇ ਨੂੰ ਕਿਉਂ ਖਰਾਬ ਕੀਤਾ ਜਾ ਰਿਹਾ? ਕਿਉਂਕਿ ਮਾਣੂਕੇ ਨੂੰ ਇਹ ਪੋਲੀਟੀਕਲੀ ਓਰੀਐਂਟਡ ਜਿਹੜਾ ਡਰਾਮਾ ਹੈ ਜਿਹੜਾ ਪੂਰੀ ਤਰ੍ਹਾਂ ਰਚਿਆ ਗਿਆ। ਇਸ ਕਰਕੇ ਮੇਰਾ ਇਸ ਕੋਠੀ ਨਾਲ, ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੂੰਗੀ, ਮੇਰਾ ਹੁਣ ਇਸ ਕੋਠੀ ਨਾਲ ਕੋਈ ਲੈਣਾ ਦੇਣਾ ਨਹੀਂ। ਆਪਾਂ ਚਾਬੀਆਂ ਜਿਹਦੀਆਂ ਸਿਟੀ ਨੂੰ ਫੜਾ ਦੇਣਾ। ਕੋਠੀ ਖਾਲੀ ਕਰ ਦਿੱਤੀ ਹੈ ਤੁਸੀਂ, ਕੋਠੀ ਕਦੋਂ ਛੱਡੀ ਹੈ? ਮੈਂ 11-6 ਦਾ ਐਗਰੀਮੈਂਟ ਆ, ਸਮਾਨ ਸ਼ਿਫਟ ਹੋ ਰਿਹਾ, ਮੇਰਾ ਪਰਿਵਾਰ ਸ਼ਿਫਟ ਕਰ ਰਿਹਾ, ਜਾ ਕੇ ਆਪਾਂ ਚਾਬੀਆਂ ਉਹਨੂੰ, ਕੱਲ੍ਹ ਮੈਂ ਚਾਬੀਆਂ ਦਿੱਤੀਆਂ ਸੀ, ਕੁਛ ਸਮਾਨ ਅਸੀਂ ਕੱਲ੍ਹ ਸ਼ਿਫਟ ਕਰ ਗਏ ਸੀ, ਅਸੀਂ ਉਸ ਮਾਲਕ ਮੰਗਾਂ ਨੂੰ ਕੁਛ ਸਮਾਨ ਅੱਜ ਸਾਰਾ ਖਾਲੀ ਕਰਕੇ ਚਾਬੀਆਂ। ਕੋਠੀ ਦਾ ਮਾਲਕ ਕੌਣ ਹੈ? ਕਿਉਂਕਿ ਮਹਿਲਾ ਮਾਲਕ ਹੈ, ਮਹਿਲਾ ਦੇ ਨਾਲ ਤੁਸੀਂ ਐਗਰੀਮੈਂਟ ਕੀਤਾ ਸੀਗਾ ਜਿਹੜੀ NRI ਵਿਦੇਸ਼ ਤੋਂ ਹੈ, ਜਾਂ ਕੋਈ ਹੋਰ ਹੈ ਜਿਸ ਦੇ ਨਾਲ ਐਗਰੀਮੈਂਟ ਕੀਤਾ ਸੀ? ਵਕੀਲ ਸਾਹਿਬ ਹੈਗੇ ਸਾਡੇ, ਕਰਮ ਸਿੰਘ ਜੀ, ਉਹਨਾਂ ਨੇ ਐਗਰੀਮੈਂਟ ਕੀਤਾ, ਉਹ ਬੈਂਕ ਮੈਨੇਜਰ ਰਿਟਾਇਰਡ ਆ, ਜਿਨ੍ਹਾਂ ਨਾਲ ਕਾਨੂੰਨ ਤਾਂ ਇਹੀ ਕਹਿੰਦੇ ਆ। ਮੈਂ ਕੱਲ੍ਹ ਹੀ ਕਹਿਤਾ ਸੀਗਾ, ਮੈਂ ਉਹਨਾਂ ਨੂੰ ਬੁਲਾ ਕੇ ਕਹਿਤਾ ਸੀ ਵੀ ਅਸੀਂ ਸ਼ਿਫਟ ਕਰ ਰਹੇ, ਦੇਖੋ ਤੁਹਾਨੂੰ ਵੀ ਪਤਾ ਵੀ ਘਰਾਂ ਦਾ ਸਮਾਨ 1 ਜਾਂ 2 ਘੰਟੇ ਦੀ ਸ਼ਿਫਟਿੰਗ ਨਹੀਂ ਹੁੰਦੀ, ਇਹ ਹੁਣ ਉਹਨਾਂ ਦੀ ਇੱਛਾ, ਮੈਂ ਜਿਹਤੋਂ ਚਾਬੀਆਂ ਲਈਆਂ ਸੀ ਉਹਨੂੰ ਦੇ ਦਿੱਤੀਆਂ। ਉਸ NRI ਮਹਿਲਾ ਨਾਲ ਕੋਈ ਗੱਲਬਾਤ ਹੋਈ? ਕਿਉਂਕਿ ਉਹ ਤਾਂ ਕਹਿ ਰਹੀ, ਕਹਿੰਦੇ ਕਿ ਸੱਤਾ ਦਾ ਪਾਵਰ ਇਸਤੇਮਾਲ ਕਰਕੇ ਡਰਾਇਆ ਜਾ ਰਿਹਾ ਵੈ। ਤੁਸੀਂ ਇੰਨਾ ਹੀ ਪੁੱਛ ਰਹੇ ਹੋ ਉਸ ਬੀਬੀ ਨੂੰ ਵੀ ਤੂੰ ਆਰਾਮ ਨਾਲ ਮੇਰੇ ਕੋਲ ਆ ਸਕਦੀ, ਤੂੰ ਸਾਰੇ ਪ੍ਰੈਸ ਕਾਨਫਰੰਸ ਕਰ ਲਈ, ਜਿਵੇਂ ਪਹਿਲੇ ਮਾਲਕਾਂ ਨੇ ਮੇਰੇ ਕੋਲ ਆ ਕੇ ਗੱਲ ਕੀਤੀ, ਮੈਂ ਤੇਰੀ ਕੋਠੀ ਦੀ ਚਾਬੀ ਤੈਨੂੰ ਦੇ ਦਿੰਦੇ, ਪਰ ਮੇਰਾ ਅਸੂਲ ਇਹ ਬਣਦਾ ਮੈਂ ਜਿਹਤੋਂ ਚਾਬੀ ਲਈ ਆ ਉਹਨੂੰ ਦਵਾਂ, ਠੀਕ ਹੈ? ਇੱਕ ਪਾਸੇ ਤਾਂ ਉਹ ਕੱਲ੍ਹ ਪਰਸੋਂ ਇੱਕ ਚੈਨਲ ਨੂੰ ਕਹਿ ਰਹੀ ਸੀ, ਨਿੱਜੀ ਚੈਨਲ ਸੀ, ਵੀ ਮੈਂ ਕਦੇ ਬੀਬੀ ਨੂੰ ਮਿਲਗੋ ਹੀ ਨਹੀਂ, ਇੱਥੋਂ ਕੀ ਹੈ ਵੀ ਮੇਰੇ ਤੋਂ ਮੈਨੂੰ ਚੀਜ਼ ਦਿੱਤੀ, ਮੈਂ ਹੀ ਗਲਤ ਕਰ ਰਹੀ ਹਾਂ, ਮੈਨੂੰ ਪੁੱਛਣਾ ਨਹੀਂ ਪਰ ਦੱਸਣਾ ਸਾਰਿਆਂ ਨੂੰ, ਇਹ ਸਿਆਸੀ ਤੌਰ ਤੇ ਕਿਉਂਕਿ ਬਦਨਾਮੀ ਬਹੁਤ ਹੋ ਗਈ, ਵਿਰੋਧੀ ਪਾਰਟੀਆਂ ਨੇ ਬਹੁਤ ਸਾਰੇ ਸਵਾਲ ਚੁੱਕੇ ਕਿ ਇਹ ਤਾਂ ਆਮ ਆਦਮੀ ਪਾਰਟੀ 'ਚ ਇੱਦਾਂ ਹੀ ਹੈ, ਕਿਤੇ ਕੋਈ ਕਬਜ਼ਾ ਕਰ ਲੈਂਦਾ, ਕਿਤੇ ਕੋਈ ਕਬਜ਼ਾ ਕਰ ਲੈਂਦਾ, ਬਹੁਤ ਸਾਰੀ ਬਦਨਾਮੀ ਹੋ ਗਈ, ਹੁਣ ਅੱਗੇ ਕੀ? ਦੇਖੋ ਜੀ, ਪਹਿਲੀ ਗੱਲ ਤਾਂ ਬਦਨਾਮੀ ਤਾਂ ਹੁੰਦੀ ਜੇ ਮੈਂ ਕਬਜ਼ਾ ਛੱਡਦੀ ਹਾਂ, ਜਿਸ ਤਰ੍ਹਾਂ ਪਿਛਲੀ 5 ਸਾਲ ਵਿਧਾਨ ਸਭਾ ਦੇ ਵਿੱਚ ਰੌਲਾ ਪੈਂਦਾ ਰਿਹਾ, ਵੀ ਖੈਰ ਇਹਨਾਂ ਦਾ ਜਿਗਰੀ ਯਾਰ ਕਾਂਗਰਸ ਆ, ਰੌਲਾ ਪਾਉਂਦਾ ਰਿਹਾ ਵੀ ਜਿਹੜੀ ਕੋਠੀ 'ਤੇ ਖੈਰਾ ਕਿਰਾਏ 'ਤੇ ਆਇਆ ਸੀ ਉਹਨੂੰ ਪੁੱਛੋ ਇਹਦਾ ਮਾਲਕ ਕਿੱਦਾਂ ਬਣ ਗਿਆ, ਇਹਨੂੰ ਪੁੱਛੋ 16 ਲੱਖ ਦੀ ਕੋਠੀ ਇਹਨੂੰ ਕਿੱਥੋਂ ਮਿਲ ਗਈ। ਜੇ ਬਦਨਾਮੀ ਤਾਂ ਸਾਡੀ ਤਾਂ ਹੋਵੇ ਨਾ, ਬਦਨਾਮੀ ਸਾਡੀ ਤਾਂ ਹੋਵੇ ਜੇ ਅਸੀਂ ਕਿਸੇ ਦਾ, ਜਿਵੇਂ ਖਹਿਰਾ ਸਾਹਿਬ ਦੀ ਗੱਲ ਚੱਲਦੀ ਆ, ਅਕਸਰ ਵਿਧਾਨ ਸਭਾ ਦੇ ਵਿੱਚ ਚੱਲਦੀ ਆ, ਲੋਕ ਬੋਲਦੇ ਆ ਬਈ ਰਾਮਗੜ੍ਹ ਦੇ ਵਿੱਚ ਵਿੱਚੋਂ ਵਿੱਚ ਸੜਕ ਜਾਂਦੀ ਹੈ, ਇਹ ਵਿੱਚ ਹੀ ਰੱਖ ਕੇ ਦੂਜੇ ਪਾਸੇ ਸੜਕ ਕੱਢ ਗਏ, ਇਹਨੂੰ ਪੁੱਛੋ ਲੱਠਾ ਕਢਵਾ ਕੇ ਦੇਖੋ ਇਹਦੀ ਸੜਕ ਕਿੱਥੇ ਹੈ। ਦੂਜੀ ਗੱਲ, ਬਦਨਾਮੀ ਕਦੇ ਵੀ ਸਾਡੀ ਪਾਰਟੀ ਦੇ ਭਗਵੰਤ ਮਾਨ ਜੀ ਨੇ ਇਹ ਨਹੀਂ ਕਿਹਾ, ਸਾਡੇ ਜਿਹੜੇ ਪਾਰਟੀ ਦੇ ਪ੍ਰਧਾਨ ਹੈ ਉਹਨਾਂ ਨੇ ਸਾਨੂੰ, ਨੈਸ਼ਨਲ ਕਮਿਸ਼ਨ ਨੇ ਕਦੇ ਨਹੀਂ ਕਿਹਾ ਵੀ ਆਪਾਂ ਕੋਈ ਗਲਤ ਕੰਮ ਕਰਨਾ। ਜਦੋਂ ਸੈਸ਼ਨ ਬੁਲਾਉਣਾ, ਅਸੀਂ ਮਾਨ ਸਾਹਿਬ ਤਾਂ ਲੈ ਕੇ ਆਉਂਦੇ ਪੰਜਾਬ ਦੇ ਮੁੱਦੇ ਵੀ RDF ਦੀ ਗੱਲ ਕਰੀਏ, ਆਪਾਂ ਕੁਛ ਕਰੀਏ, ਗਵਰਨਰ ਨਾਲ ਸਾਡੀ ਲੜਾਈ ਹੋ ਰਹੀ ਹੈ, ਸਾਡੇ ਕਿਸਾਨਾਂ ਨੂੰ ਕਿੱਦਾਂ ਸਾਥ ਦੇਣਾ, ਪਰ ਇਹਨਾਂ ਇਹ ਦੂਜੀਆਂ ਪਾਰਟੀਆਂ ਦੇ ਹੱਥਾਂ 'ਤੇ ਚੜ੍ਹ ਕੇ ਜੇ SC ਦਾ ਮੁੱਦਾ ਚੱਕੋ ਇਹ ਤਾਂ ਨੱਚਣ ਲੱਗ ਜਾਂਦੇ ਆ। CM ਸਾਹਿਬ ਨਾਲ ਕੋਈ ਗੱਲਬਾਤ ਹੋਈ ਤੁਹਾਡੀ ਕੀ ਕੋਠੀ ਬਾਰੇ, ਜਾਂ ਉਹਨਾਂ ਨੇ ਪੁੱਛਿਆ ਕਿ ਕਿਉਂ ਇਹ ਸਾਰਾ ਵਿਵਾਦ ਜਿਹੜਾ ਹੋ ਰਿਹਾ? ਮੇਰੇ CM ਸਾਹਿਬ ਨੂੰ ਮੇਰੇ 'ਤੇ ਵਿਸ਼ਵਾਸ ਆ, ਉਹਨਾਂ ਨੂੰ ਪਤਾ ਵੀ ਸਰਬਜੀਤ ਕਦੇ ਵੀ ਇਸ ਕੰਮ 'ਚ, ਕੋਠੀ ਕੀ ਮਕਾਨ ਕੀ ਕਿਸੇ ਦੇ ਕੰਮ 'ਚ ਨਹੀਂ ਪਏਗੀ। ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨੇ ਇੱਕ ਗੱਲ ਜ਼ਰੂਰ ਕਹੂੰਗੀ ਕਿ ਸਾਡੇ CM ਨੂੰ ਅਸੀਂ ਆਪਣੇ ਪੰਜਾਬ ਦੀ ਡਿਵੈਲਪਮੈਂਟ ਵੱਲ ਵਧਾਉਣਾ, ਅਸੀਂ ਉਹਨੂੰ ਇਹੋ ਜਿਹੇ ਕੰਮਾਂ 'ਚ ਪਾ ਕੇ ਅਸੀਂ ਕੰਮ ਨਹੀਂ ਖਰਾਬ ਕਰਨਾ, ਪੰਜਾਬ ਦੇ ਲੋਕਾਂ ਦਾ ਭਲਾ ਕਰਨ। ਮੈਂ ਆਪਣਾ ਪੱਖ ਰੱਖਤਾ, ਅੱਗੋਂ ਸਰ ਜਿਹੜਾ ਫੈਸਲਾ ਦੇਣਾ। ਲੋਕ ਇਹ ਵੀ ਜਾਣਨਾ ਚਾਹੁੰਦੇ ਕਿ ਤੁਹਾਡੇ ਕੋਲ ਕਿੰਨੀ ਪ੍ਰੋਪਰਟੀ ਆਪਣੀ ਹੈ, ਜਿਹੜੀ ਤੁਹਾਡਾ ਆਪਣੀ ਜਾਇਦਾਦ ਘਰ ਕਿੰਨਾ ਤੁਹਾਡੇ ਕੋਲ ਆਪਣਾ, ਔਰ ਉਸ ਥਾਂ ਤੇ ਕਿਉਂ ਨਹੀਂ ਰਹਿੰਦੇ, ਜਾਂ ਕਿਰਾਏ ਤੇ ਕਿਉਂ ਤੁਹਾਨੂੰ ਰਹਿਣਾ ਪੈ ਰਿਹਾ? MLA ਕੋਲ ਤਾਂ ਚੰਗੀ ਪ੍ਰੋਪਰਟੀ ਹੁੰਦੀ, ਚੰਗੀ ਜਾਇਦਾਦ ਹੁੰਦੀ ਹੈ। ਮੈਂ 2 ਵਾਰ ਦੀ MLA ਆ, ਮੇਰੇ ਕੋਲ ਤਾਂ ਚੰਗੀ ਬਣਾ ਲਈ ਹੋਣੀ ਹੈ। ਮੇਰੇ ਕੋਲ ਪੂਰੇ ਪੰਜਾਬ 'ਚ 1 ਇੰਚ ਵੀ ਜਗ੍ਹਾ ਨਹੀਂ ਹੈ ਤੇ ਨਾ ਹੀ ਮੈਂ ਜਗ੍ਹਾ ਬਣਾਉਣੀ ਹੈ।
मेरी कोई इच्छा नहीं, मेरे दो बच्चे है, दोनों बच्चे पढ़ लिख के जिड्डी वड्डी मर्जी घर च रहन, जिड्डी वड्डी मर्जी कोठी च रहन, साडा सरकार दा आम आदमी पार्टी दा किसे तरह दा कोई मकसद नहीं भी असीं प्यो दादियां लई प्रॉपर्टी बनावे। मेरे कोले मेरे नाम